ਦੇਖ ਰਹੇ ਹੋ ਜਸ ਟੀਵੀ ਮੈਂ ਹਾਂ ਪੂਰਾ ਪੁਆਇੰਟ ਅਕਸਰ ਤੁਸੀਂ ਸਟੂਡੀਓ ਵਿੱਚ ਦੇਖਦੇ ਹੋ ਪਰ ਅੱਜ ਅਸੀਂ ਉਸ ਥਾਂ ਤੇ ਖੜੇ ਹਾਂ ਜਿੱਥੋਂ ਇਨਸਾਫ ਦੀ ਮੰਗ ਕਈ ਦਿਨਾਂ ਤੋਂ ਚੱਲ ਰਹੀ ਬਰਗਾੜੀ ਮੋਰਚਾ ਜਿੱਥੋਂ ਮੰਗ ਤਾਂ ਉੱਠ ਰਹੀ ਹੈ ਪਰ ਸਰਕਾਰਾਂ ਆਪਦੇ ਆਪਦੇ ਤਰੀਕੇ ਦੇ ਨਾਲ ਇਸ ਮੰਗ ਨੂੰ ਦਬਾ ਵੀ ਰਹੀ ਇੱਥੋਂ ਮੰਗ ਉੱਠਦੀ ਹੈ ਆਵਾਜ਼ ਉੱਠਦੀ ਹੈ ਰੋਸ ਮਾਰਚ ਤੱਕ ਨਿਕਲਦਾ ਪਰ ਉਸ ਮਾਰਚ ਦਾ ਵੱਡਾ ਕਾਫਲਾ ਸਰਕਾਰਾਂ ਨੂੰ ਹਲਾ ਤੱਕ ਰੱਖ ਦਿੰਦਾ ਸਰਕਾਰ ਕਿੰਨੀ ਹਿਲਦੀ ਹੈ ਕਿਉਂਕਿ ਸਰਕਾਰ ਦੇ ਕੋਲੋਂ ਇਹ ਬਰਗਾੜੀ ਇਨਸਾਫ ਮੋਰਚਾ ਇਨਸਾਫ ਮੰਗਦਾ ਪਿਆ ਇਨਸਾਫ ਕਦੋਂ ਮਿਲੇਗਾ ਸਵਾਲ ਬਹੁਤ ਮਹੱਤਵਪੂਰਨ ਹੈ ਇੱਥੋਂ ਆਵਾਜ਼ ਉੱਠਦੀ ਹੈ ਸਰਕਾਰ ਦੇ ਕੰਨਾਂ ਤੱਕ ਪਹੁੰਚਦੀ ਕਿ ਨਹੀਂ ਸਵਾਲ ਉੱਥੇ ਜਾ ਕੇ ਰੁਕ ਜਾਂਦਾ ਕਿ ਉਸੇ ਸਵਾਲ ਤੋਂ ਅਸੀਂ ਸ਼ੁਰੂਆਤ ਕਰਾਂਗੇ ਖਾਸ ਇੱਥੇ ਪੈਨਲ ਸਾਡਾ ਮੌਜੂਦ ਰਹੇਗਾ ਇਹ ਉਹ ਪੈਨਲ ਹੈ ਜਿਹੜਾ ਸੰਗਤ ਦੀ ਅਗਵਾਈ ਕਰ ਰਿਹਾ ਇਹ ਉਹ ਪੈਨਲ ਹੈ ਜਿਹੜਾ ਸੰਗਤ ਦੀ ਆਵਾਜ਼ ਨੂੰ ਅੱਗੇ ਤੱਕ ਲੈ ਕੇ ਜਾ ਰਿਹਾ ਜਿਹੜੀ ਆਵਾਜ਼ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਦਿੱਲੀ ਤੋਂ ਲੈ ਕੇ ਵਿਦੇਸ਼ਾਂ ਤੱਕ ਪਹੁੰਚ ਚੁੱਕੀ ਹੈ ਪਰ ਇਹ ਆਵਾਜ਼ ਦਾ ਅਸਰ ਕਿੱਥੇ ਤੱਕ ਜਾ ਕੇ ਹੁੰਦਾ ਸਵਾਲ ਬਹੁਤ ਮਹੱਤਵਪੂਰਨ ਹੈ ਸੰਗਤ ਵੀ ਸਾਡਾ ਇੱਥੇ ਮੌਜੂਦ ਰਹੇਗੀ ਉਸ ਸੰਗਤ ਤੋਂ ਵੀ ਸਵਾਲ ਜਵਾਬ ਲੈਣੇ ਆ ਕਿਉਂਕਿ ਸੰਗਤ ਦੀਆਂ ਮਨ ਦੇ ਵਲਵਲੇ ਆ ਜਿਹੜੇ ਮਨ ਦੀਆਂ ਭਾਵਨਾਵਾਂ ਉਹਨਾਂ ਨੂੰ ਲੈ ਕੇ ਇਹ ਮੋਰਚਾ ਇੱਥੇ ਲਗਾਤਾਰ ਲੱਗਿਆ ਹੋਇਆ ਜਿਹੜੇ ਇੱਥੇ ਸਾਡੇ ਨਾਲ ਪੈਨਲ ਦੇ ਵਿੱਚ ਮੌਜੂਦ ਰਹਿਣ ਕੇ ਉਹਨਾਂ ਦਾ ਜ਼ਿਕਰ ਮੈਂ ਤੁਹਾਨੂੰ ਜ਼ਰੂਰ ਕਰਨਾ ਚਾਹੂੰਗਾ ਜਸਦਰ ਧਿਆਨ ਸਿੰਘ ਮੰਡ ਜੀ ਜਸਦਰ ਬਲਜੀਤ ਸਿੰਘ ਦਾਦੂਵਾਲ ਸਰਦਾਰ ਵੀਰ ਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਪੰਚਾਬ ਜਿਨ੍ਹਾਂ ਨੂੰ ਬੈਸਟ ਪਾਰਲੀਮੈਂਟਰੀ ਦਾ ਅਵਾਰਡ ਵੀ ਮਿਲ ਚੁੱਕਿਆ ਭਾਈ ਬੂਟਾ ਸਿੰਘ ਰਣਸ਼ੀ ਜਨਰਲ ਸਕੱਤਰ ਨੇ ਅਕਾਲੀ ਦਲ 120 ਦੇ ਜਸਕਰਨ ਸਿੰਘ ਕਾਨ ਸਿੰਘ ਵਾਲਾ ਇਹ ਜਨਰਲ ਸਕੱਤਰ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਅਤੇ ਹਰਪਾਲ ਸਿੰਘ ਚੀਮਾ ਜੀ ਪ੍ਰਧਾਨ ਨੇ ਦਲ ਖਾਲਸਾ ਦੇ ਇਹ ਉਹ ਸੱਜਣ ਨੇ ਜਿਹੜੇ ਇੱਥੇ ਸਾਡੇ ਨਾਲ ਮੰਚ 'ਤੇ ਮੌਜੂਦ ਰਹਿਣ ਕੇ ਅਤੇ ਜਿਹੜੇ ਇੱਥੇ ਸੰਗਤ ਬੈਠੀ ਆ ਉਹ ਸੰਗਤ ਦੇ ਵਿੱਚ ਹਰਵਿੰਦਰ ਖਾਲਸਾ ਸਿੱਖ ਇਤਿਹਾਸਕਾਰ ਨੇ ਉਹ ਵੀ ਮੌਜੂਦ ਹੋਣ ਕੇ ਗੁਰਵਿੰਦਰ ਸਿੰਘ ਕੰਗ ਜਿਨ੍ਹਾਂ ਨੇ ਚੋਣਾਂ ਵੀ ਲੜੀਆਂ ਹੈਗੀਆਂ ਸਿਆਸਤ ਹੈ ਅਤੇ ਸੰਗਤ ਹੈ ਇਸ ਸਿਆਸਤ ਅਤੇ ਸੰਗਤ ਦੇ ਵਿੱਚ ਆਲਿਓ ਇਨਸਾਫ ਕਿੱਥੇ ਜਾ ਕੇ ਨਿਕਲਦਾ ਹੈਗਾ ਸਵਾਲ ਉੱਥੇ ਜਾ ਕੇ ਰੁਕਦਾ ਹੈ ਉਸੇ ਸਵਾਲ ਤੋਂ ਅਸੀਂ ਆਗਾਜ਼ ਕਰ ਬਲਜੀਤ ਸਿੰਘ ਦਾਦੂਵਾਲ ਸੀ ਪਹਿਲਾ ਸਵਾਲ ਤੁਹਾਨੂੰ ਕਰਨਾ ਚਾਹੂੰਗਾ ਬਲਜੀਤ ਸਿੰਘ ਦਾਦੂਵਾਲ ਸੀ ਰੋਸ ਮਾਰਚ ਨਿਕਲਿਆ ਕਾਫਲਾ ਬੜਾ ਵੱਡਾ ਸੀਗਾ ਉਸ ਕਾਫਲੇ ਦਾ ਅੰਜਾਮ ਕੀ ਨਿਕਲਿਆ ਦੇਖੋ 1 ਜੂਨ ਤੋਂ ਅਸੀਂ ਲਗਾਤਾਰ ਇਹ ਜਿਹੜਾ ਇਨਸਾਫ਼ ਮੋਰਚਾ ਆਰੰਭ ਕੀਤਾ ਰੋਜ਼ਾਨਾ ਕਾਫਲੇ ਆ ਰਹੇ ਨੇ ਸਿੱਖ ਸੰਗਤਾਂ ਦੇ ਵੱਡੇ ਵੱਡੇ ਕਾਫਲੇ ਸਾਡੇ ਕੋਲ ਪੰਜਾਬ ਹਰਿਆਣਾ ਰਾਜਸਥਾਨ ਦੂਜੀਆਂ ਸਟੇਟਾਂ ਦੇ ਵਿੱਚੋਂ ਵੀ ਆ ਰਹੇ ਇਸੇ ਤਰ੍ਹਾਂ ਜਿਹੜਾ 7 ਤਰੀਕ ਦਾ ਇਨਸਾਫ਼ ਮਾਰਚ ਸੀ ਉਹ ਵਿਸ਼ੇਸ਼ ਕਰਕੇ ਸੰਗਤਾਂ ਇੱਥੇ ਲੈ ਕੇ ਆਈਆਂ ਜਿਹੜਾ ਕੋਟਕਪੂਰੇ ਤੋਂ ਇਨਸਾਫ਼ ਮਾਰਚ ਨਿਕਲਿਆ ਮੈਂ ਸਮਝਦਾ ਉਹ ਤਾਂ ਬਰਗਾੜੀ ਦੀ ਦਾਣਾ ਮੰਡੀ ਤੱਕ ਪੁੱਜ ਹੀ ਨਹੀਂ ਸਕਿਆ ਦਾਣਾ ਮੰਡੀ ਦੇ ਵਿੱਚ ਪਹਿਲਾਂ ਹੀ ਇੰਨੀਆਂ ਲੱਖਾਂ ਸੰਗਤਾਂ ਪਹੁੰਚ ਚੁੱਕੀਆਂ ਸੀ ਕਿ ਉਹ ਰੋਡਾਂ 'ਤੇ ਜਾਮ ਲੱਗ ਗਿਆ ਉਹਦੇ ਨਾਲ ਕੀ ਹੋਇਆ ਤੁਸੀਂ ਕਿਹਾ ਕਿ ਅੰਜਾਮ ਕੀ ਨਿਕਲਿਆ ਰਿਜ਼ਲਟ ਕੀ ਨਿਕਲਿਆ ਹੁਣ ਤੱਕ 25 ਤੋਂ 30 ਲੱਖ ਸੰਗਤਾਂ ਜਿਹੜੀਆਂ ਨੇ ਉਹ ਬਰਗਾੜੀ ਦੀ ਦਾਣਾ ਮੰਡੀ ਵਿੱਚ ਆ ਗਈਆਂ ਜਿਸ ਕਰਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਵਿੱਚ ਹਲਚਲ ਪੈਦਾ ਹੋਈ ਹੈ ਕਿ ਜਿਹੜੀਆਂ 3 ਮੁੱਖ ਮੰਗਾਂ ਨੂੰ ਲੈ ਕੇ ਬਰਗਾੜੀ 'ਚ ਇਨਸਾਫ਼ ਮੋਰਚਾ ਚੱਲ ਰਿਹਾ ਜਥੇਦਾਰ ਧਿਆਨ ਸਿੰਘ ਮੰਡ 1 ਜੂਨ ਤੋਂ ਲਗਾਤਾਰ ਇੱਥੇ ਬੈਠੇ ਆ ਅਤੇ ਅਸੀਂ ਸਾਰੇ ਤਕਰੀਬਨ ਲਗਾਤਾਰ ਕੋਈ 2-2, 4-4 ਦਿਨ ਦੀ ਗੈਰ ਹਾਜ਼ਰੀ ਹੋ ਸਕਦੀ ਲਗਾਤਾਰ ਇੱਥੇ ਇਨਸਾਫ਼ ਦੀ ਆਵਾਜ਼ ਨੂੰ ਬੁਲੰਦ ਕਰ ਰਹੇ ਹਾਂ ਲੱਖਾਂ ਸੰਗਤਾਂ ਆ ਰਹੀਆਂ ਨੇ ਉਸ ਕਰਕੇ ਮੈਂ ਸਮਝਦਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਮਜਬੂਰ ਹੋਣਾ ਪਿਆ ਸੋਚਣ ਵਾਸਤੇ ਕਿ ਜਿਹੜਾ ਇਹਨਾਂ ਲੱਖਾਂ ਲੋਕਾਂ ਦਾ ਇਕੱਠ ਜਿਹੜਾ ਇੱਥੇ ਜਾ ਰਿਹਾ ਜਿੱਥੇ ਕਿ ਉਹਨਾਂ ਨੇ ਇਸ ਨੂੰ ਫੇਲ ਕਰਨ ਵਾਸਤੇ ਆਪਣੀਆਂ ਰੈਲੀਆਂ ਵੀ ਰੱਖੀਆਂ ਸੀ ਉਹਨਾਂ ਰੈਲੀਆਂ ਨੂੰ ਦਰਕਿਨਾਰ ਕਰਕੇ ਤਲਾਂਜਲੀ ਦੇ ਕੇ ਲੋਕਾਂ ਨੇ ਇਨਸਾਫ਼ ਦੀ ਆਵਾਜ਼ ਨੂੰ ਬੁਲੰਦ ਕਰ ਲਈ ਇੱਥੇ ਆਉਣਾ ਪਿਆ ਹੁਣ ਬਿਲਕੁਲ ਬਿਲਕੁਲ ਅਸੀਂ ਪਹਿਲੇ ਦਿਨ ਤੋਂ ਕਹਿ ਚੁੱਕੇ ਹਾਂ ਸਰਕਾਰਾਂ ਨੂੰ ਮਜਬੂਰ ਹੋ ਕੇ ਇਨਸਾਫ਼ ਦੇਣਾ ਪਵੇਗਾ ਮਾਨ ਸਾਹਿਬ ਤੁਹਾਡੀ ਗੱਲ ਦਿੱਲੀ ਤੱਕ ਪਹੁੰਚ ਰਹੀ ਹੈ ਤੁਹਾਡੀ ਗੱਲ ਹਰ ਗਲੀ ਮੁਹੱਲੇ ਤੱਕ ਪਹੁੰਚ ਗਈ ਹੈ ਮਾਨ ਸਾਹਿਬ ਪਰ ਸਰਕਾਰਾਂ ਤੱਕ ਨਹੀਂ ਪਹੁੰਚੀ ਹੈ ਮੇਰਾ ਸਵਾਲ ਜਿਹੜਾ ਬਲਜੀਤ ਸਿੰਘ ਦਾਦੂਵਾਲ ਨੂੰ ਸੀਗਾ ਉਹੀ ਤੁਹਾਨੂੰ ਕਰ ਰਹੇ ਮਾਨ ਸਾਹਿਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਅਦਬੀ ਹੋਈ ਹੈ ਅਤੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਹੈ ਸਰਬ ਸਾਂਝੀ ਬਾਣੀ ਇਹਨੂੰ ਹਰ ਇਨਸਾਫ ਸਾਧ ਬੰਦਾ ਅਤੇ ਖਾਸ ਕਰਕੇ ਸਿੱਖ ਸੰਗਤ ਜਿੱਥੇ ਵੀ ਬੈਠੀ ਹੈ ਦੇਸ਼ ਵਿਦੇਸ਼ ਵਿੱਚ ਬੈਠੀ ਹੈ ਇਹਨੂੰ ਮੰਨਦੀ ਹੈ ਕਿ ਇਹ ਸਾਡਾ ਜਿਵੇਂ ਮੁਸਲਮਾਨਾਂ ਦਾ ਮੱਕਾ ਹੈ ਸਾਡਾ ਗੁਰੂ ਗ੍ਰੰਥ ਸਾਹਿਬ ਹੈ ਇਹਦੇ ਤੋਂ ਬਗੈਰ ਸਿੱਖ ਦਾ ਗੁਜ਼ਾਰਾ ਕੋਈ ਨਹੀਂ ਪਰ ਬਦਕਿਸਮਤੀ ਆ ਕਿ ਜਿਹੜੇ ਲੋਕਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ 87% ਕੁਰਬਾਨੀਆਂ ਦਿੱਤੀਆਂ ਨੇ ਅੱਜ ਉਹਨਾਂ ਦਾ ਜਿਹੜਾ ਗੁਰੂ ਆ ਉਹ ਸੁਰੱਖਿਅਤ ਨਹੀਂ ਹੈਗਾ ਇਹ ਮੈਂ ਕਹਿੰਦਾ ਕਿ ਇੰਡੀਆ ਦੇ ਮੱਥੇ ਦੇ ਉੱਤੇ ਇੱਕ ਬਹੁਤ ਵੱਡਾ ਕਲੰਕ ਆ ਤੁਸੀਂ ਕਹਿੰਦੇ ਆ ਕਿ ਸਰਕਾਰਾਂ ਤੁਹਾਡੀ ਆਵਾਜ਼ ਨਹੀਂ ਸੁਣ ਰਹੀਆਂ ਉਹਨਾਂ ਕੋਲ ਪਹੁੰਚੀ ਆਵਾਜ਼ ਜਾਣ ਬੁੱਝ ਕੇ ਨਹੀਂ ਸੁਣੀ ਜਾ ਰਹੀ ਕਿਉਂਕਿ ਜਿਹੜਾ ਅੰਨਾ ਹੁੰਦਾ ਅਤੇ ਬੋਲਾ ਹੁੰਦਾ
ਉਹ ਆਵਾਜ਼ ਉਹਨੂੰ ਨਹੀਂ ਸੁਣ ਸਕਦੀ। ਸਰਕਾਰਾਂ, ਸੈਂਟਰ ਦੀ ਸਰਕਾਰ ਅਤੇ ਪੰਜਾਬ ਦੀ ਸਰਕਾਰ ਇੱਕ ਪੱਥਰ ਦੀ ਮੂਰਤੀ ਦਾ ਰੂਪ ਧਾਰਨ ਕਰ ਗਈ ਹੈ। ਉਹਨਾਂ ਦੇ ਚਾਰ ਚੁਫੇਰੇ ਆਵਾਜ਼ ਟਕਰਾਉਂਦੀ ਹੈ ਪਰ ਮੂਰਤੀ ਕਦੀ ਆਵਾਜ਼ ਨਹੀਂ ਸੁਣਦੀ ਹੁੰਦੀ। ਪਰ ਸਾਨੂੰ ਇਹਦਾ ਕੋਈ ਇਤਰਾਜ਼ ਨਹੀਂ। ਅਸੀਂ ਜਿਸ ਮਕਸਦ ਦੇ ਵਿੱਚ ਕਾਮਯਾਬ ਹੋਏ ਹਾਂ, ਇੱਕ ਉਹ ਬਹੁਤ ਵੱਡਾ ਮਕਸਦ ਹੈ ਕਿ ਸਾਡਾ ਜਿਹੜਾ ਖਾਲਸਾ ਪੰਥ ਜਿਹੜਾ ਬਿਖਰਿਆ ਪਿਆ ਸੀ, ਜਿਹੜਾ ਜਿਹਦੇ ਵਿੱਚ ਬਹੁਤ ਵੱਡੀ ਬੇਵਿਸ਼ਵਾਸੀ ਪੈਦਾ ਹੋ ਗਈ ਸੀ, ਜਿਹੜਾ ਅਸੀਂ ਇੱਕ ਦੂਜੇ ਦੇ ਇਤਬਾਰ ਕਰਨ ਨੂੰ ਹਟ ਗਏ ਸੀ, ਅਸੀਂ ਧੜਿਆਂ ਦੇ ਵਿੱਚ ਵੰਡੇ ਗਏ ਸੀ। ਅੱਜ ਗੁਰੂ ਗ੍ਰੰਥ ਸਾਹਿਬ ਦੀ ਖਾਤਰ ਜਦੋਂ ਇੱਥੇ ਸ਼ਹੀਦਾਂ ਦੀ ਖਾਤਰ, ਜਦੋਂ ਰਿਹਾਈਆਂ ਦੀ ਖਾਤਰ ਜਦੋਂ ਮੋਰਚਾ ਲੱਗਾ ਤੇ ਸਾਰਿਆਂ ਜਿਹੜਾ ਸਿੱਖ ਸੀਗਾ ਉਹ ਜਿੱਥੇ ਵੀ ਬੈਠਾ ਮਾਨ ਸਾਹਿਬ ਦਾ ਰੋਕ ਰਿਹਾ। ਤੁਸੀਂ ਕਹਿ ਰਹੇ ਹੋ ਕਿ ਇਤਬਾਰ ਕਰਨਾ ਬੰਦ ਹੋ ਗਿਆ ਸੀਗਾ, ਅਸੀਂ ਪੰਥ ਨੂੰ ਇਕੱਠਾ ਕਰ ਲਿਆ। ਪੰਥ ਦਾ ਇਕੱਠਾ ਉੱਥੇ ਵੀ ਹੋਇਆ ਸੀ, ਉਹ ਸਰਬੱਤ ਖਾਲਸਾ ਜ਼ਿਕਰ ਹੋਇਆ ਸੀਗਾ ਚੱਬੇ 'ਚ, ਉੱਥੇ ਵੀ ਜ਼ਿਕਰ ਹੋਇਆ ਸੀਗਾ। ਉਦੋਂ ਬਾਅਦ ਵੀ ਸਰਕਾਰਾਂ ਨੇ ਆਪਣੀਆਂ ਕਾਰਵਾਈਆਂ ਕੀਤੀਆਂ, ਤੁਹਾਡੇ ਵਰਗੇ ਲੋਕਾਂ ਨੂੰ ਨਜ਼ਰਬੰਦ ਤੱਕ ਵੀ ਕੀਤਾ ਗਿਆ। ਉਦੋਂ ਜਿਹੜਾ ਪਾੜਾ ਪਾ ਦਿੱਤਾ ਗਿਆ ਉਹ ਦੁਬਾਰਾ ਜੁੜ ਗਏ ਹੋ ਤੁਸੀਂ? ਬਿਲਕੁਲ, ਉੱਥੇ ਪੰਥ ਜ਼ਰੂਰ ਇਕੱਠਾ ਹੋਇਆ ਸੀ ਪਰ ਇਸ ਤਰਜ਼ 'ਤੇ ਨਹੀਂ ਸੀ ਇਕੱਠਾ ਹੋਇਆ ਜਿਸ ਤਰਜ਼ 'ਤੇ ਇੱਥੇ ਹੋਇਆ। ਅੱਜ ਮੇਰਾ ਖਿਆਲ ਹੈ ਕਿ ਕੋਈ ਵੀ ਧੜਾ, ਕੋਈ ਵੀ ਬੰਦਾ, ਕੋਈ ਵੀ ਪਾਰਟੀ, ਕੋਈ ਵੀ ਸੰਪਰਦਾ ਉਹ ਜਿਹੜੀ ਆ ਅੱਜ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੀ ਹੋਈ ਹੈ। ਇੱਥੇ ਜਿਹੜਾ ਆ ਗਿਆ ਉਹਦਾ ਧੰਨਵਾਦ ਆ ਅਤੇ ਉਹ ਖੁਸ਼ ਹੋਇਆ, ਜਿਹੜਾ ਨਹੀਂ ਆਇਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹਦੀ ਉਡੀਕ ਰੱਖੀ ਆ, ਉਹ ਆਊਗਾ ਅਤੇ ਉਹਨੂੰ ਆਉਣਾ ਹੀ ਪੈਣਾ। ਠੀਕ ਹੈ, ਜਸਕੰਦ ਸਿੰਘ ਜੀ ਇਸ ਮੋਰਚੇ ਦੀ ਅਗਵਾਈ ਕੌਣ ਕਰ ਰਿਹਾ? ਬੜੀ ਇਮਾਨਦਾਰੀ ਨਾਲ ਜਵਾਬ ਦਿਓ। ਇਹ ਤਾਂ ਗੱਲ ਸਾਫ ਹੀ ਹੈ, ਇਸ ਮੋਰਚੇ ਦੀ ਅਗਵਾਈ ਜੋ ਸਰਬੱਤ ਖਾਲਸਾ ਵੱਲੋਂ ਚੁਣੇ ਹੋਏ ਜਥੇਦਾਰ ਭਾਈ ਧਿਆਨ ਸਿੰਘ ਦੀ ਵੰਡ ਜੋ ਸਿੰਘ ਸਾਹਿਬ ਨੇ ਜਥੇਦਾਰ ਨੇ ਸ਼੍ਰੀ ਅਕਾਲ ਸਾਹਿਬ ਦੇ, ਉਹ ਇਹਨਾਂ ਦੀ ਅਗਵਾਈ ਕਰ ਰਹੇ ਨੇ ਅਤੇ ਅਕਾਲ ਤਖਤ ਦੀ ਛਤਰਛਾਇਆ ਹੇਠ ਇਹ ਜਿਹੜਾ ਤਿੰਨ ਮੰਗਾਂ ਨੂੰ ਲੈ ਕੇ, ਪਹਿਲੀ ਮੰਗ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬੁਰਜ ਜਵਾਹਰ ਸਿੰਘ ਵਾਲੇ 1 ਜੂਨ 2015 ਨੂੰ ਗਿਣਵਿੱਤੀ ਛਾਜ ਦਿੱਤਾ ਹੈ, ਥੋੜ੍ਹੀ ਪੋਲਸੀ ਦਿੱਤਾ ਹੈ। ਉਸ ਤੋਂ ਬਾਅਦ ਦੂਜੀ ਮੰਗ ਕਿ ਜਿਹੜੇ ਸਾਡੇ ਸਿੰਘਾਂ ਨੂੰ ਗੋਲੀਆਂ ਮਾਰੀਆਂ, ਸ਼ਹੀਦ ਕੀਤਾ ਪ੍ਰਕਾਸ਼ ਸਿੰਘ ਬਾਦਲ ਅਤੇ ਬੀਜੇਪੀ ਦੇ ਰਾਜ ਦੇ ਵਿੱਚ ਇੱਕ ਗਿਣਵਿੱਤੀ ਛਾਜ ਦਿੱਤਾ ਹੈ, ਉਹਨਾਂ ਜਿਹੜਾ ਕਿਸ਼ਨ ਭਗਵਾਨ ਸਿੰਘ, ਭਾਈ ਗੁਰਜੀਤ ਸਿੰਘ ਅਤੇ ਸਾਡੀਆਂ ਧੀਆਂ ਭੈਣਾਂ 'ਤੇ ਲਾਠੀਚਾਰਜ ਹੋਇਆ ਉਹਨਾਂ ਦਾ ਇਨਸਾਫ ਮਿਲੇ। ਅਤੇ ਜਿਹੜੇ ਅੰਗ ਇਸ ਬਗਰਾੜੀ ਦੀਆਂ ਗਲੀਆਂ ਦੇ ਵਿੱਚ ਗੁਰੂ ਸਾਹਿਬ ਦੇ, ਗੁਰੂ ਗ੍ਰੰਥ ਸਾਹਿਬ ਦੇ, ਤੁਸੀਂ ਵੀ ਰੋਏ ਅਸੀਂ ਵੀ ਰੋਏ, ਉਹਨਾਂ ਨੂੰ ਰੋਲ ਦਿੱਤਾ ਗਿਆ, ਉਹਦਾ ਇਨਸਾਫ ਦਿੱਤਾ ਜਾਵੇ। ਤੀਜੀ ਮੰਗ ਇਹ ਹੈ ਕਿ ਜਿਹੜੇ ਮੰਡ ਸਾਹਿਬ ਅਗਵਾਈ ਕਰ ਰਿਹਾ, ਤੀਜੀ ਮੰਗ ਇਹ ਹੈ ਕਿ ਜਿਹੜੇ ਸਾਡੇ ਨੌਜਵਾਨ ਜਰਨੈਲ ਸਿੰਘ ਭਿੰਡਰਾਂਵਾਲਾ ਕੋਈ ਨੀ ਕਰ ਸਕਿਆ, ਨਾ ਕਿਸੇ ਦੀ ਜ਼ਰੂਰਤ ਹੈ, ਮੋਰਚਾ ਗੁਰੂ ਗ੍ਰੰਥ ਸਾਹਿਬ ਨਹੀਂ ਲੱਗਿਆ, ਇਸ ਕਰਕੇ ਤੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੇ ਵਿੱਚ ਜਥੇਦਾਰ ਵੀ ਹੋਣਾ, ਜਥੇਦਾਰ ਵੀ ਅਕਾਲ ਤਖ਼ਤ ਤੇ ਲੱਗਿਆ ਹੋਇਆ, ਉਹਨਾਂ ਦੀ ਅਗਵਾਈ ਦੇ ਵਿੱਚ ਚੱਲ ਰਿਹਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜਿਹੜੇ ਸਾਡੇ ਪੂਰੀ ਮਨੁੱਖਤਾ ਦੇ ਗੁਰੂ ਹੈ ਉਹਨੂੰ ਗਲੀਆਂ ਦੇ ਵਿੱਚ ਰੋਲ ਦਿੱਤਾ ਗਿਆ। ਇਸ ਕਰਕੇ ਇਹ ਜਿਹੜੀਆਂ ਮੰਗਾਂ 3 ਤੋਂ 2 ਹੋਣੀਆਂ, ਨਾ 3 ਤੋਂ 4 ਤੁਸੀਂ ਬਹੁਤ ਲੰਬਾ ਸਮਾਂ ਸਿਆਸਤ ਦੇ ਵਿੱਚ ਰਹੇ ਹੋ, ਤੁਸੀਂ ਹੋਰ ਵੀ ਸਿਆਸੀ ਸਰਗਰਮੀਆਂ ਦੇ ਵਿੱਚ ਗਾਹੇ ਬਗਾਹੇ ਹਿੱਸਾ ਲੈਂਦੇ ਰਹੇ ਹੋ। ਵੀਰ ਜਿੰਦਰ ਸਿੰਘ ਜੀ, ਬੜਾ ਸਵਾਲ ਸਿੱਧਾ ਹੈਗਾ, ਇਹ ਸੰਗਤ ਜਿਹੜੀ ਬੈਠੀ ਹੈ, ਇਹ ਜਿਹੜੀ ਸੰਗਤ ਬੈਠੀ ਇਨਸਾਫ ਮੰਗਦੀ ਹੈ, ਤੁਸੀਂ ਇੱਕ ਸਿਆਸਤਦਾਨ ਦੇ ਨਾਤੇ ਤੁਸੀਂ ਇਹ ਯਕੀਨ ਕਰ ਸਕਦੇ ਹੋ ਕਿ ਸਿਆਸਤ ਇਨਸਾਫ ਦੇ ਦੇ? ਸਿਆਸਤ ਦੇ ਸਾਰੇ ਕੱਪੜੇ ਬਾਹਰ ਲਾ ਕੇ ਫਿਰ ਅਸੀਂ ਬਰਗਾੜੀ ਦੀ ਜੂਹ 'ਚ ਪ੍ਰਵੇਸ਼ ਕਰਦੇ ਹਾਂ। ਔਰ ਇੱਥੇ ਇੱਕੋ ਹੀ ਸਾਡੇ ਸਾਹਮਣੇ ਨਿਸ਼ਾਨਾ ਹੈਗਾ ਕਿ ਜਿਸ ਤਰ੍ਹਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇੱਥੇ ਸਾਜਿਸ਼ ਦੇ ਨਾਲ ਬੇਅਦਬੀ ਕੀਤੀ ਗਈ ਹੈ, ਔਰ ਜਿਸ ਤਰ੍ਹਾਂ ਪੁਲਿਸ ਨੇ ਇਨਸਾਫ ਮੰਗਦੇ ਸਿੰਘਾਂ 'ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਬਰਖਿਲਾਫ ਰੋਸ ਵਜੋਂ ਇਨਸਾਫ ਮੰਗ ਰਹੇ ਸਨ, ਉਹਨਾਂ 'ਤੇ ਗੋਲੀ ਚਲਾਈ, ਤਸ਼ੱਦਦ ਕੀਤਾ, ਉਹਨਾਂ ਦੇ ਖਿਲਾਫ ਕਾਰਵਾਈ ਮੰਗ ਰਹੇ ਹਾਂ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਮਰਿਆਦਾ, ਉਸ ਦੀ ਬਹਾਲੀ ਸੰਗਤ ਮੰਗ ਰਹੀ ਹੈ। ਤੁਸੀਂ ਪਹਿਲਾਂ ਸਵਾਲ ਕੀਤਾ ਸੀ ਮੋਰਚੇ ਦੀ ਅਗਵਾਈ ਜਥੇਦਾਰ ਧਿਆਨ ਸਿੰਘ ਜੀ ਵੰਡ ਕਰ ਰਹੇ ਨੇ, ਜੋ ਜਿਨ੍ਹਾਂ ਦੀ ਨਿਯੁਕਤੀ ਸਰਬੱਤ ਖਾਲਸਾ ਨੇ ਕੀਤੀ ਹੈ, ਔਰ ਰੌਸ਼ਨੀ ਜਿਹੜੀ ਹੈ ਸਾਰੀ ਟੋਟਲ ਜਿਹੜੀ ਇੰਸਪੀਰੇਸ਼ਨ ਹੈ, ਵਾਈਬ੍ਰੇਸ਼ਨ ਜਿਹੜੀਆਂ ਨੇ ਉਹ ਸ਼ਬਦ ਦੀਆਂ ਨੇ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਨੇ। ਔਰ ਅੱਜ ਤੱਕ ਸਿੰਘਾਂ ਦਾ ਕੋਈ ਵੀ ਮੋਰਚਾ ਜਿਹੜਾ ਹੈਗਾ ਉਹ ਅਸਫਲ ਨਹੀਂ ਹੋਇਆ। ਤੁਸੀਂ ਇੱਕ ਗੱਲ ਕਹੀ ਹੈ ਕਿ ਸਿਆਸਤ ਕੱਪੜੇ ਲਾ ਕੇ ਆਉਂਦੀ। ਜੀ ਜੀ, ਸਿਆਸੀ ਕੱਪੜੇ ਲਾ ਕੇ ਆਉਂਦੇ। ਸਵਾਲ ਨਹੀਂ, ਇਹ ਨਹੀਂ ਮੈਂ ਕਿਹਾ, ਮੈਂ ਕਿਹਾ ਜਦੋਂ ਅਸੀਂ ਇੱਥੇ ਬਰਗਾੜੀ ਮੋਰਚੇ 'ਚ ਆਉਂਦੇ ਹਾਂ
ਉਦੋਂ ਕੋਈ ਸਿਆਸਤ ਨਹੀਂ ਹੁੰਦੀ, ਸਿਆਸਤ ਨਹੀਂ ਹੁੰਦੀ, ਨਹੀਂ ਇਸ ਮੋਰਚੇ ਚੋਂ ਕੱਲੀ ਸਿਆਸਤਾਂ ਦੀ ਬਾਹਰ ਨਿਕਲੇਗੀ, ਨਹੀਂ ਸਾਡੀ ਕੋਸ਼ਿਸ਼ ਹੋਏਗੀ। ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅਦਬ ਬਹਾਲ ਹੋਏਗਾ, ਔਰ ਜਿਹਨਾਂ ਲੋਕਾਂ ਨੇ ਗੋਲੀਆਂ ਚਲਾਈਆਂ ਉਹਨਾਂ ਦੇ ਹੱਥਕੜੀਆਂ ਲੱਗਣਗੀਆਂ, ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਦੀ ਪ੍ਰਕਿਰਿਆ ਬਾਕਾਇਦਗੀ ਨਾਲ ਸ਼ੁਰੂ ਹੋਏਗੀ। ਉਸ ਤੋਂ ਬਾਅਦ ਕੀ ਹੁੰਦਾ ਉਹ ਸਾਰੇ ਸਿੰਘ ਸਾਹਿਬਾਨ ਬੈਠ ਕੇ ਵਿਚਾਰ ਕਰਦੇ। ਮੈਨੂੰ ਇਸ ਸਵਾਲ ਤੇ ਵਾਪਸ ਹੋਣਾ ਪਊਗਾ, ਇਸ ਸਵਾਲ ਤੇ ਵਾਪਸ ਆਵਾਂਗੇ। ਮੇਰੇ ਸਹਿਯੋਗੀ ਪ੍ਰਿੰਸ ਭਾਰਦਵਾਜ ਵੀ ਇੱਥੇ ਹੈਗੇ, ਸੰਘ ਦੇ ਵਿਚਾਰ ਹੈਗੇ ਆ। ਕ੍ਰਿਸ਼ਨ ਭਗਵਾਨ ਸਿੰਘ ਜਿਹਨਾਂ ਦੀ ਸ਼ਹਾਦਤ ਹੋਈ ਹੈ ਬਹਿਬਲ ਕਲਾ ਤੋਂ, ਉਹਨਾਂ ਦੇ ਸਪੁੱਤਰ ਸੁਖਰਾਜ ਸਿੰਘ ਉਹ ਵੀ ਸਾਡੇ ਨਾਲ ਇੱਥੇ ਮੌਜੂਦ ਹੈ ਜੀ। ਕੇਪੀ ਜੀ, ਮੈਂ ਉਸੇ ਸਵਾਲ ਤੇ ਆਉਣਾ ਸੀ, ਕਿਉਂਕਿ ਜਿੱਥੇ ਧਿਆਨ ਸਿੰਘ ਮੰਡ ਹੋਰਾਂ ਨੇ ਵੀ ਕਿਹਾ ਤੇ ਸਾਨੂੰ ਵੀ ਇਤਿਹਾਸਕ ਪੱਖ ਪਤਾ ਹੈ ਕਿ ਭਾਰਤ ਦੇ ਵਿੱਚ ਬਹੁਤੀਆਂ ਸ਼ਹਾਦਤਾਂ ਨੇ ਜਿਹੜੀਆਂ ਲਗਭਗ 87 ਤੋਂ 90% ਸਾਡੀ ਸਿੱਖ ਕੌਮ ਨੇ ਦਿੱਤੀਆਂ ਨੇ, ਉਹ ਕਿਸੇ ਵੀ ਕਿਸਮ ਦਾ ਇਤਿਹਾਸਕ ਪੱਖ ਰਿਹਾ ਹੋਵੇ ਭਾਰਤ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਦਾ। ਅਤੇ ਇਸੇ ਤਰ੍ਹਾਂ ਬਰਗਾੜੀ ਦੇ ਵਿੱਚ ਬਰਗਾੜੀ ਕਾਂਡ ਦੇ ਜਿਹੜੇ ਦੋ ਸ਼ਹੀਦ ਹੋਏ ਗੁਰਜੀਤ ਸਿੰਘ ਜੀ ਅਤੇ ਕ੍ਰਿਸ਼ਨ ਭਗਵਾਨ ਸਿੰਘ ਜੀ, ਅਤੇ ਜਿਹਨਾਂ ਨੂੰ ਸ਼ਹੀਦ ਕਰਨ ਵਾਲੇ ਜਿਹੜੇ ਵੀ ਪੁਲਿਸ ਮੁਲਾਜ਼ਮ ਰਹੇ ਉਹ ਕਮਿਸ਼ਨ ਦੀ ਰਿਪੋਰਟ ਰਹੀ ਹੋਵੇ, ਅਤੇ ਚਾਹੇ ਹੁਣ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆ, ਉਸ ਦੇ ਵਿੱਚ ਵੀ ਜਿਹੜੀ ਪੁਲਿਸ ਹੈ ਉਹ ਪੁਲਿਸ ਅਣਪਛਾਤੀ ਹੀ ਦੱਸੀ ਗਈ ਹੈ। ਸਾਡੇ ਨਾਲ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਹੋਰਾਂ ਦੇ ਸਪੁੱਤਰ ਸੁਖਰਾਜ ਹੋਰੀ ਬੈਠੇ ਆ, ਕਿਉਂਕਿ ਜਿਸ ਨੇ ਗਵਾਇਆ ਹੁੰਦਾ ਹੈ, ਜਿੱਦਾਂ ਕੌਮ ਨੇ ਬਹੁਤ ਕੁਛ ਗਵਾਇਆ ਹੈ। ਸੰਨ 84 ਤੋਂ ਸ਼ੁਰੂ ਕਰ ਲਈਏ, ਜੂਨ 2015-2018 ਦੇ ਵਿੱਚ ਅਸੀਂ ਐਂਟਰ ਕਰ ਚੁੱਕੇ ਹਾਂ। ਇਹਨਾਂ ਦੇ ਪਰਿਵਾਰਕ ਮੈਂਬਰ ਇਹਨਾਂ ਕੋਲੋਂ ਗਏ ਆ ਇਸ ਬੇਅਦਬੀ ਕਾਂਡ ਤੋਂ ਬਾਅਦ। ਆਓ ਸੁਖਰਾਜ ਤੋਂ ਇਹਨਾਂ ਦਾ ਵਿਚਾਰ ਜਾਣਨਾ ਚਾਹੁੰਦੇ ਹਾਂ ਕਿ ਇਸ ਮੋਰਚੇ ਨੂੰ ਇਹ ਸੁਭਾਵਿਕ ਤੌਰ ਦੇ ਉੱਤੇ, ਜਜ਼ਬਾਤੀ ਤੌਰ ਦੇ ਉੱਤੇ ਔਰ ਜ਼ਹਿਨੀ ਤੌਰ ਦੇ ਉੱਤੇ ਕਿਵੇਂ ਸੋਚਦੇ ਆ, ਔਰ ਕੌਮ ਦੇ ਮਸਲਿਆਂ ਨੂੰ ਸੁਖਰਾਜ ਹੋਰੀ ਕਿਵੇਂ ਅੱਗੇ ਲੈ ਕੇ ਜਾਣਾ ਚਾਹੁੰਦੇ ਆ ਜੀ? ਸੁਖਰਾਜ, ਜੇ ਅੱਜ ਸਰਕਾਰ ਦਾ ਕੋਈ ਪ੍ਰੈਸ਼ਰ ਬਣਿਆ ਜਾਂ ਸਰਕਾਰ ਨੇ ਕੋਈ ਮਦਦ ਕੀਤੀ ਆ ਜਾਂ ਕੋਈ ਗੱਲਬਾਤ ਕੀਤੀ ਆ, ਹਲਚਲ ਹੋਈ ਆ, ਤਾਂ ਸਿਰਫ ਇਸ ਮੋਰਚੇ ਦੀ ਬਦੌਲਤ ਹੋਈ ਆ। ਜੇ ਇਹ ਮੋਰਚਾ ਕਹਿ ਦਈਏ ਵੀ ਨਾ ਲੱਗਦਾ ਜਾਂ ਕੋਈ ਨਾ ਕੋਈ ਅਪਡੇਟ ਹੁੰਦੀ, ਤਾਂ 1984 ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਕੇਸ ਫਾਈਲ ਹੋਏ ਆ ਜਾਂ ਜਿੰਨੀਆਂ ਵੀ ਸ਼ਹੀਦੀਆਂ ਹੋਈਆਂ ਜਾਂ ਜਿੰਨੇ ਵੀ ਕਾਂਡ ਹੋਏ ਆ, ਉਹਨਾਂ ਦੀਆਂ ਫਾਈਲਾਂ ਤਾਂ ਉਹਨਾਂ ਦੇ ਜਸਟਿਸ ਅਲਮਾਰੀਆਂ ਦੇ ਵਿੱਚ ਬੰਦ ਹੋ ਕੇ ਰਹਿ ਗਏ ਆ। ਜੋ ਵੀ ਅੱਜ ਦੇ ਟਾਈਮ ਸਿਆਸਤ ਗਰਮਾ ਰਹੀ ਆ, ਹਲਚਲ ਹੋ ਰਹੀ ਆ, ਸਿਰਫ ਇਸ ਮੋਰਚੇ ਦੀ ਬਦੌਲਤ ਹੋ ਰਹੀ ਆ। ਤੁਹਾਨੂੰ ਲੱਗਦਾ ਕਿ ਇਨਸਾਫ ਮਿਲੇਗਾ? ਇਨਸਾਫ ਦੇ ਰਾਹ 'ਤੇ ਜਾ ਰਹੇ, ਇਨਸਾਫ ਮਿਲਿਆ ਨਹੀਂ ਹੈ। ਬੂਟਾ ਸਿੰਘ ਜੀ, ਸਵਾਲ ਇਹ ਹੈਗਾ ਕਿ ਜਦੋਂ ਇਹ ਰੋਸ ਮਾਰਚ ਚੱਲਦਾ ਹੈਗਾ 7 ਅਕਤੂਬਰ, ਉਸ ਰੋਸ ਮਾਰਚ ਤੋਂ ਬਾਅਦ ਇੱਕ ਸੰਗਤ ਦੇ ਅੱਗੇ ਪ੍ਰੋਗਰਾਮ ਰੱਖਣਾ ਹੁੰਦਾ, ਉਹ ਪ੍ਰੋਗਰਾਮ ਰੱਖ ਸਕੇ? ਸਿੰਘ ਸਾਹਿਬ ਭਾਈ ਧਿਆਨ ਸਿੰਘ ਜੀ ਮੰਡ ਹੋਣਾ ਨੇ 1 ਜੂਨ ਨੂੰ ਪ੍ਰੋਗਰਾਮ ਰੱਖਤਾ ਸੀ, ਕਿਉਂਕਿ ਮੋਰਚਾ ਜੋ ਜਸਕਰਨ ਸਿੰਘ ਨੇ ਦੱਸਿਆ ਮੈਂ ਦਿਖਾਉਣਾ ਨਹੀਂ ਚਾਹੁੰਦਾ, ਉਹ ਤਿੰਨੇ ਮੁੱਖ ਮੰਗਾਂ ਨੂੰ ਲੈ ਕੇ ਲਾਇਆ। ਨਹੀਂ, ਮੇਰਾ ਸਵਾਲ ਇਹ ਸੀਗਾ ਕੋਈ ਸਟੇਟਮੈਂਟ ਇਹੋ ਜਿਹੀ ਜਾਰੀ ਹੁੰਦੀ ਜਾਂ ਕੋਈ ਪਤਾ ਇਹੋ ਜਿਹਾ ਆਉਂਦਾ ਜਾਂ ਸੰਗਤ ਦੇ ਅੱਗੇ ਜਿਹੜਾ ਸੰਗਤ ਨੂੰ ਅਸੀਂ ਦੱਸਦਾ ਵੀ ਅਸੀਂ ਆਹ ਕਰਨ ਜਾ ਰਹੇ ਹਾਂ? ਧਿਆਨ ਸਿੰਘ ਮੰਡ ਨੇ ਲੱਖਾਂ ਲੋਕਾਂ ਹਜ਼ਾਰਾਂ ਲੋਕਾਂ ਦੇ ਇਕੱਠ 'ਚ 1 ਜੂਨ ਨੂੰ ਆਖਿਆ ਸੀ ਜਾਂ ਤਾਂ ਇਹ 3 ਮੰਗਾਂ ਪੂਰੀਆਂ ਹੋਣਗੀਆਂ, ਨਹੀਂ ਮੈਂ ਇੱਥੋਂ ਜਾਊਂਗਾ, ਨਹੀਂ ਜੇ ਨਾ ਹੋਣਗੀਆਂ ਚਾਹੇ ਮੈਨੂੰ ਸ਼ਹੀਦੀ ਦੇਣੀ ਪਵੇ, ਮੈਂ ਲੋਕਾਂ ਦੀ ਸ਼ਹੀਦੀ ਨਹੀਂ ਦਵਾਊਂ, ਆਪ ਦੇਊਂਗਾ। ਇਸ ਕਰਕੇ ਇਹ ਸਪਸ਼ਟ ਅਸੀਂ ਕਰ ਦੇਣਾ ਚਾਹੁੰਦੇ ਹਾਂ ਕਿ 3 ਮੰਗਾਂ ਨੂੰ ਲੈ ਕੇ ਮੋਰਚਾ ਲੱਗਿਆ, ਅਜੇ ਤੱਕ 1 ਵੀ ਮੰਗ ਪੂਰੀ ਨਹੀਂ ਹੋਈ, ਅਤੇ 3 ਮੰਗਾਂ ਜਿਹਨਾਂ 'ਚ ਪੂਰੀਆਂ ਨਹੀਂ ਹੁੰਦੀਆਂ ਉਹਨਾਂ 'ਚ ਅਸੀਂ ਨਵਾਂ ਪ੍ਰੋਗਰਾਮ ਹੋਰ ਕਿਵੇਂ ਦੇ ਸਕਦੇ ਹਾਂ? ਉੱਥੇ ਇਹੀ ਸਵਾਲ ਮੈਂ ਤੁਹਾਨੂੰ ਕਰਨਾ ਚਾਹੁੰਦਾ, ਸੰਗਤ ਇੱਕ ਪ੍ਰੋਗਰਾਮ ਮੰਗਦੀ ਪਈ ਆ, ਜਿਹੜੇ ਸਿੱਖ ਇੰਟਲੈਕਚੁਅਲ ਆ ਉਹ ਵੀ ਕਹਿੰਦੇ ਇੱਕ ਪ੍ਰੋਗਰਾਮ ਆਵੇ ਅੱਗੇ, ਸਾਨੂੰ ਪਤਾ ਲੱਗੇ ਕਿ ਇਹ ਮੋਰਚਾ ਅੱਗੇ ਕੀ ਕਰਨ ਜਾ ਰਿਹਾ ਹੈਗਾ, ਉਹ ਮੰਗਾਂ ਜਿਹੜੀਆਂ ਉਹ ਮਤਾ ਜਿਹੜਾ ਹੈਗਾ ਸੰਗਤ ਉਹ ਮੰਗਦੀ ਪਈ। ਸਾਰੀ ਸੰਗਤ ਦਾ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਹਰ ਹਾਲਤ ਦੇ ਵਿੱਚ 1 ਜੂਨ ਤੋਂ ਸ਼ੁਰੂ ਹੋਇਆ ਪ੍ਰੋਗਰਾਮ, ਸੰਗਤ ਨੂੰ ਪ੍ਰੋਗਰਾਮ ਰੋਜ਼ ਹੀ ਰੋਜ਼ ਦਿੱਤਾ ਜਾਂਦਾ, ਹਰ ਰੋਜ਼ ਅਖਬਾਰਾਂ ਦੇ ਵਿੱਚ ਇੱਥੋਂ ਮੋਰਚੇ ਤੋਂ ਸਿੰਘ ਸਾਹਿਬ ਦੇ, ਧਿਆਨ ਸਿੰਘ ਮੰਡ ਉਹਨਾਂ ਦੇ, ਜੀਤ ਸਿੰਘ ਦਾਦੂਵਾਲ ਉਹਨਾਂ ਦੇ, ਔਰ ਜਿੰਨੇ ਵੀ ਲੋਕ ਇੱਥੇ ਮੋਰਚੇ ਦੇ ਵਿੱਚ ਆਣ ਕੇ ਬਾਹਰੋਂ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ, ਧਾਰਮਿਕ ਪਾਰਟੀਆਂ, ਇੰਟਲੈਕਚੁਅਲ ਜਿੰਨੇ ਵੀ ਆਣ ਕੇ ਬੋਲਦੇ ਆ, ਉਹ ਪ੍ਰੋਗਰਾਮ ਦਿੰਦੇ ਆ ਕੌਮ ਨੂੰ, ਕੌਮ ਉਸ ਪ੍ਰੋਗਰਾਮ ਨੂੰ ਬਾਚ ਕਰ ਰਹੀ ਆ ਇਸ ਗੱਲ ਦੇ ਲਈ। ਪਰ ਜਿਹੜੇ ਪ੍ਰੋਗਰਾਮ ਦੀ ਤੁਸੀਂ ਗੱਲ ਕਰਦੇ ਹੋ ਕਿ ਇੱਕ ਬਚਵਾਂ ਪ੍ਰੋਗਰਾਮ ਹੈ ਜਿਹੜਾ, ਉਹ ਕੌਮ ਨੂੰ ਕਦੋਂ ਦਿੱਤਾ ਜਾਊਗਾ? ਧਿਆਨ ਸਿੰਘ ਅਸੀਂ ਬਿਲਕੁਲ ਮੋਰਚਾ ਹੁਣ ਉਸ ਪੀਕ ਦੇ ਉੱਤੇ ਪਹੁੰਚ ਚੁੱਕਿਆ ਕਿ ਇੱਥੋਂ ਇੱਕ ਗੱਲ ਪੱਕੀ ਹੈ ਕਿ ਇੱਥੇ ਰਾਜਨੀਤੀ ਕੋਈ ਨਹੀਂ ਚੱਲਣੀ, ਇਹ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੋਈ ਬੇਅਦਬੀ ਆ ਉਹਦਾ ਅਦਬ ਬਹਾਲ ਕਰਨ ਦੇ ਲਈ ਅਤੇ ਉਹਨਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੇ ਲਈ ਲਾਇਆ ਗਿਆ। ਜਿੰਨੇ ਵੀ ਪ੍ਰੋਗਰਾਮ ਇਸ ਮੋਰਚੇ ਤੋਂ ਦਿੱਤੇ ਜਾਣਗੇ ਉਹ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਸੰਬੰਧਿਤ
ਦਿੱਤੇ ਜਾਣਗੇ ਜਾਂ ਉਹਨਾਂ ਦੋਸ਼ੀਆਂ ਦੇ ਜਿਨ੍ਹਾਂ ਨੇ ਬੇਅਦਬੀ ਕੀਤੀ ਆ ਉਹਨਾਂ ਨੂੰ ਫੰਡ ਦੇ ਬਾਅਦ ਦਿੱਤੇ ਜਾਣਗੇ। ਪ੍ਰੋਗਰਾਮ ਹੁਣ ਮਿਲਣ ਵਾਲਾ 14 ਨੂੰ, ਅਸੀਂ ਆਉਣ ਵਾਲੀ 14 ਤਰੀਕ ਨੂੰ ਸਿੰਘਾਂ ਦਾ ਜਿਹੜੇ ਸਿੰਘ ਬਹਿਬਲ ਕਲਾਂ ਦੇ ਵਿੱਚ ਸ਼ਹੀਦ ਹੋਏ ਸੀਗੇ ਉੱਥੇ ਉਹਨਾਂ ਦਾ ਬਰਸੀ ਮਨਾ ਰਹੇ ਹਾਂ ਆਪਣੇ 14 ਤਰੀਕ ਨੂੰ। ਅੱਜ ਜਿਹੜੀਆਂ ਮੀਟਿੰਗਾਂ, ਇਸ ਤੋਂ ਬਾਅਦ ਮੀਟਿੰਗ ਚੱਲਦੀ ਆ, ਰੋਜ਼ ਮੀਟਿੰਗਾਂ ਚੱਲਦੀਆਂ ਨੇ, ਇਹ ਸਿਰਫ ਨਵਾਂ ਪ੍ਰੋਗਰਾਮ ਦੇਣ ਦੇ ਲਈ ਹੀ ਚੱਲ ਨਵਾਂ ਪ੍ਰੋਗਰਾਮ ਦੇਣ ਜਾ ਰਹੇ ਹੋ ਤੁਸੀਂ ਮੰਡ ਸਾਹਿਬ 14 ਤਰੀਕ ਨੂੰ ਕਿਹੜਾ ਪ੍ਰੋਗਰਾਮ ਸੰਗਤ ਦੇ ਅੱਗੇ ਰੱਖਣ ਜਾ ਰਹੇ ਹੋ? ਮੈਂ ਪੁੱਛਣਾ ਚਾਹੁੰਦਾ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਸਲਾਖਾਂ ਦੇ ਪਿੱਛੇ ਚੱਕ ਦਿੱਤੇ ਨੇ, ਇਹ ਸਰਕਾਰ ਨੇ ਮੰਨ ਲਿਆ ਕਿ ਅਸੀਂ ਉਹਦੇ ਦੋਸ਼ੀ ਫੜ ਲਏ ਨੇ? ਬਹਿਬਲ ਕਲਾਂ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਅਤੇ ਜਿਨ੍ਹਾਂ ਨੇ ਮਾਰਨ ਦਾ ਹੁਕਮ ਦਿੱਤਾ ਉਹ ਸਲਾਖਾਂ ਦੇ ਪਿੱਛੇ ਹੋ ਗਏ ਨੇ? ਜਿਹੜੇ ਅਸੀਂ ਸਾਡੇ ਸਿੱਖ ਕੈਦੀ ਨੇ ਉਹ ਰਿਹਾ ਹੋ ਗਏ ਨੇ? ਹਾਲੇ ਤਾਂ ਸ਼ੇਰ 'ਚੋਂ ਪੂਣੀ ਨਹੀਂ ਕੱਤੀ ਕਿਸੇ ਨੇ, ਅਤੇ ਹੁਣ ਇੰਨੇ ਪ੍ਰੋਗਰਾਮ 15 ਦਿਨ ਦਾ ਅਲਟੀਮੇਟਮ ਤੋਂ ਬਾਅਦ ਕੀ ਕਰੋ? ਅਸੀਂ ਕੋਈ ਅਲਟੀਮੇਟਮ ਨਹੀਂ ਦਿੱਤਾ। ਕਿਹਨੇ ਦਿੱਤਾ? ਜਿਹਨੇ ਦਿੱਤਾ ਉਹਨੂੰ ਪੁੱਛੋ। ਬਹੁਤ ਅਸੀਂ ਨਹੀਂ ਦਿੱਤਾ ਅਲਟੀਮੇਟਮ। ਕਹਿੰਦਾ ਤੁਸੀਂ ਮੇਰੀ ਸਪੀਚ ਸੁਣੋ, ਕੋਈ ਅਲਟੀਮੇਟਮ ਨਹੀਂ ਦਿੱਤਾ। ਅਸੀਂ ਇਹ ਕਿਹਾ ਕਿ ਇਸ ਮੋਰਚੇ ਨੂੰ ਕਾਮਯਾਬ ਕਰਨ ਵਾਸਤੇ ਜਿਹੜਾ ਪ੍ਰੋਗਰਾਮ ਦਿੱਤਾ ਹੈ ਕਿ ਹਰ ਪਿੰਡ ਵਿੱਚ ਹਰ ਮੁਹੱਲੇ ਦੇ ਵਿੱਚ ਇਨਸਾਫ ਮੋਰਚੇ ਦੇ ਨਾਂ ਦੇ ਉੱਤੇ 21 ਮੈਂਬਰੀ ਕਮੇਟੀ ਬਣਾਈ ਜਾਵੇ। ਦਦੂਆ ਸਾਹਿਬ ਅਲਟੀਮੇਟਮ ਕਹਿੰਦਾ ਸਰ? ਦੇਖੋ ਅਲਟੀਮੇਟਮ ਤਾਂ ਤੁਸੀਂ ਖੁਦ ਸੁਣਿਆ ਕਿ ਜਿਹੜਾ ਸੁਖਪਾਲ ਸਿੰਘ ਖਹਿਰਾ ਹੋਣਾ ਨੇ ਉੱਥੇ ਅਨਾਊਂਸ ਕੀਤਾ ਜਾਂ ਸਿਮਰਜੀਤ ਸਿੰਘ ਬੈਂਸ ਨੇ ਅਨਾਊਂਸ ਕੀਤਾ, ਉਹਨਾਂ ਨੇ ਵੀ ਇਹ ਕਿਹਾ ਸੀ ਕਿ ਅਸੀਂ ਇਨਸਾਫ ਮੋਰਚੇ ਦੇ ਆਗੂਆਂ ਨਾਲ ਸਲਾਹ ਕਰਕੇ ਅਗਲਾ ਪ੍ਰੋਗਰਾਮ ਦੇਵਾਂਗੇ। ਅਜੇ ਤੱਕ ਉਹ 7 ਅਕਤੂਬਰ ਤੋਂ ਬਾਅਦ ਸਾਡੇ ਕੋਲ ਆਏ ਨਹੀਂ ਆ, ਜਦੋਂ ਆਉਣਗੇ ਉਹਨਾਂ ਨਾਲ ਬਾਕੀ ਜਥੇਬੰਦੀਆਂ ਜਿਹੜਾ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਜੋ ਉਹਨਾਂ ਦਾ ਆਪਣਾ ਪ੍ਰੋਗਰਾਮ ਆ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ। ਇਹਦਾ ਸਵਾਲ ਇਹ ਆ ਦਾਦੂਵਾਲ ਸਾਹਿਬ, ਇਹਦਾ ਮਤਲਬ ਉਹ ਤੁਹਾਡੇ ਮੋਰਚੇ ਨੂੰ ਹਾਈਜੈਕ ਕਰਨਾ ਚਾਹੁੰਦੇ ਸੀਗੇ? ਕੋਈ ਹਾਈਜੈਕ ਨਾ ਤਾਂ ਕੋਈ ਕਰ ਸਕਿਆ ਨਾ ਕਰੇ, ਬਾਕੀ ਜਿਹੜੇ ਪ੍ਰੋਗਰਾਮ ਦੀ ਗੱਲ ਆ ਮੈਂ ਕਹਿਣਾ ਚਾਹੁੰਦਾ ਕਿ ਇਦੋਂ ਵੱਡਾ ਪ੍ਰੋਗਰਾਮ ਕੀ ਹੋ ਸਕਦਾ? 1 ਜੂਨ ਤੋਂ ਇੱਥੇ ਪ੍ਰੋਗਰਾਮ ਹੀ ਤਾਂ ਹੈ ਰੋਜ਼ਾਨਾ, ਗੁਰਬਾਣੀ ਕਥਾ ਕੀਰਤਨ ਹੋ ਰਿਹਾ, ਸੰਗਤਾਂ ਆ ਰਹੀਆਂ ਨੇ, ਜਥੇਬੰਦੀਆਂ ਆ ਰਹੀਆਂ ਨੇ, ਕੀ ਰੇਲਾਂ ਰੋਕਣੀਆਂ ਜਾਂ ਬੱਸਾਂ ਰੋਕਣੀਆਂ, ਰਸਤੇ ਰੋਕਣੇ ਜਾਂ ਭੰਨ ਤੋੜ ਛਾੜ ਫੂਕ, ਇਹ ਕੋਈ ਪ੍ਰੋਗਰਾਮ ਨਹੀਂ ਹੁੰਦਾ। ਆਹ ਵੀ ਇੱਕ ਪ੍ਰੋਗਰਾਮ ਆ ਜਿਹੜਾ 1 ਜੂਨ ਤੋਂ ਦਿੱਤਾ ਹੋਇਆ, ਜਿਹਦੇ ਕਰਕੇ ਆ ਸਰਕਾਰਾਂ ਹਿੱਲ ਰਹੀਆਂ, ਲੱਖਾਂ ਲੋਕ ਇੱਧਰ ਨੂੰ ਆ ਰਹੇ ਆ, ਉਹ ਹਲਚਲ ਆ, ਸੋਚਣ ਲਈ ਮਜਬੂਰ ਹੋ ਰਹੇ ਆ, ਇਦੋਂ ਵੱਡਾ ਪ੍ਰੋਗਰਾਮ ਕੀ ਕਹਿਣਾ ਚਾਹੋਗੇ? ਹਾਂਜੀ ਬਰਗਾੜੀ ਇਨਸਾਫ ਮੋਰਚਾ ਜਿਹੜਾ ਹੈਗਾ ਉਹ ਜਥੇਦਾਰ ਧਿਆਨ ਸਿੰਘ ਮੰਡ ਜੋ ਸਾਡੇ ਕਾਰਜਕਾਰੀ ਜਥੇਦਾਰ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ, ਇਹਨਾਂ ਦੀ ਅਗਵਾਈ 'ਚ ਚੱਲ ਰਹੇ ਆਰੰਭ ਤੋਂ ਲੈ ਕੇ ਅੱਜ ਤੱਕ। ਬਰਗਾੜੀ ਇਨਸਾਫ ਮੋਰਚੇ ਦਾ ਜੋ ਵੀ ਪ੍ਰੋਗਰਾਮ ਦਿੱਤਾ ਜਾਏਗਾ ਉਹ ਉਹੀ ਪ੍ਰੋਗਰਾਮ ਹੋਏਗਾ ਜਿਹੜਾ ਜਥੇਦਾਰ ਧਿਆਨ ਸਿੰਘ ਜੀ ਮੰਡ ਐਲਾਨ ਕਰ ਰਹੇ ਹਨ। ਪਰ ਮੈਨੂੰ ਇਸ ਸਵਾਲ ਦਾ ਜਵਾਬ ਦਿਓ ਜਿਹੜਾ ਵੀਰਿੰਦਰ ਜੀ ਨੇ ਗੱਲ ਕਹੀ ਹੈ ਕਿ ਜੋ ਤੁਸੀਂ ਪ੍ਰੋਗਰਾਮ ਦਿਓਗੇ ਕੌਮ ਨੂੰ ਸੰਗਤ ਨੂੰ ਉਹੀ ਮੰਨਣਾ ਪਵੇਗਾ। 1 ਜੂਨ ਤੋਂ ਲੈ ਕੇ ਅੱਜ ਤੱਕ ਆਹ ਸਾਰੇ ਮੇਰੇ ਸਾਥੀ ਬੈਠੇ ਨੇ, ਇਹਨਾਂ ਨੇ ਬਹੁਤ ਕੰਮ ਕੀਤਾ, ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਮੋਰਚੇ ਦੇ ਵਿੱਚ ਸੰਗਤ ਇੱਥੇ ਆਈ ਆ, ਪਰ ਜਦੋਂ ਵੀ ਕੋਈ ਗੱਲਬਾਤ ਕੀਤੀ ਆ, ਜਦੋਂ ਵੀ ਕੋਈ ਬਿਆਨ ਦਿੱਤਾ ਹੈ ਮੋਰਚੇ ਦੇ ਸੰਬੰਧ ਦੇ ਵਿੱਚ ਉਹ ਮੈਂ ਹੀ ਦਿੱਤਾ, ਕਿਉਂਕਿ ਮੇਰੇ ਕੋਲ ਮਰਜ਼ਾਦਾ ਦੇ ਮੁਤਾਬਕ ਸ਼੍ਰੀ ਅਕਾਲ ਤਖ਼ਤ ਸਰਵਉੱਚਾ ਅਤੇ ਉਹ ਅਹੁਦਾ, ਇਸ ਕਰਕੇ ਇਹ ਇੱਕ ਮਾਣ ਵਾਲੀ ਗੱਲ ਆ ਮੇਰੇ ਵਾਸਤੇ ਵੀ ਅਤੇ ਸੰਗਤ ਵਾਸਤੇ ਵੀ। ਜਿਹੜਾ ਪ੍ਰੋਗਰਾਮ ਮੇਰੇ ਮੂੰਹ ਦੇ ਵਿੱਚੋਂ ਨਿਕਲੂਗਾ ਸਾਡੀ ਸਾਰੀ ਜਿਹੜੀ ਕੌਮ ਉਹੀ ਉਹਨੇ ਮੰਨਣਾ। ਠੀਕ ਹੈ ਸਿੰਘ ਬਾਬਾ ਜੀ, ਇਹੀ ਸਵਾਲ ਸੰਗਤ ਦੇ ਕੋਲ ਲੈ ਕੇ ਜਾਣਾ। ਸਾਡੇ ਨਾਲ ਸਿੱਖ ਇਤਿਹਾਸਕਾਰ ਬਠਿੰਡਾ ਤੋਂ ਹਰਵਿੰਦਰ ਸਿੰਘ ਖਾਲਸਾ ਹੋਰੀ ਬੈਠੇ ਆ। ਖਾਲਸਾ ਜੀ, ਮੇਰਾ ਸਵਾਲ ਇਹ ਬਣਦਾ ਸਾਰਿਆਂ ਦੇ ਲਈ ਸਵਾਲ ਹੈ ਕਿ ਜਦੋਂ ਕੇਂਦਰ ਦੀ ਸਰਕਾਰ, ਕੋਈ ਵੀ ਕੇਂਦਰ ਦੀ ਸਰਕਾਰ ਹੋਵੇ, ਮੌਜੂਦਾ ਸਮੇਂ ਦੇ ਵਿੱਚ ਭਾਜਪਾ ਦੀ ਸਰਕਾਰ ਆ, ਉਸ ਤੋਂ ਪਹਿਲਾਂ ਕਾਂਗਰਸ ਦੀਆਂ ਸਰਕਾਰਾਂ ਰਹੀਆਂ, ਜੇਕਰ ਰਾਮ ਮੰਦਿਰ ਅਤੇ ਬਾਬਰੀ ਮਸਜਿਦ ਦਾ ਮੁੱਦਾ ਵਾਰ ਵਾਰ ਉੱਠ ਸਕਦਾ ਅਤੇ ਵਿਸ਼ਵ ਹਿੰਦੂ ਪਰਿਸ਼ਦ ਆਪਣੇ ਸੰਤ ਸਮਾਜ ਨੂੰ ਇਕੱਠਿਆਂ ਕਰਕੇ ਦਿੱਲੀ ਦੇ ਵਿੱਚ ਦਬਾਅ ਪਾਉਣ ਦੀ ਕੋਸ਼ਿਸ਼ ਕਰ ਸਕਦੀ ਆ ਅਤੇ ਰਾਸ਼ਟਰਪਤੀ ਤੱਕ ਨੂੰ ਮਿਲ ਸਕਦੀ ਆ, ਹਾਲਾਂਕਿ ਮਾਮਲਾ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਹੈ। ਤਾਂ ਫਿਰ ਬਤੌਰ ਇਤਿਹਾਸਕਾਰ, ਸਾਡੇ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਹਮਲਾ ਹੋਇਆ, ਸਾਡੇ ਵੀ ਸ਼੍ਰੀ ਹਰਿਮੰਦਰ ਸਾਹਿਬ ਦੇ ਉੱਤੇ ਹਮਲਾ ਹੋਇਆ, ਤਾਂ ਕੇਂਦਰ ਦੇ ਨਾਲ ਕੌਮ ਕਿਸ ਤਰੀਕੇ ਨਾਲ ਨਜਿੱਠੇਗੀ? ਜਿਸ ਤਰੀਕੇ ਦੇ ਦਬਾਅ ਭਾਰਤੀ ਜਨਤਾ ਪਾਰਟੀ ਜਾਂ ਬਾਕੀ ਦੀਆਂ ਹਿੰਦੂ ਜਥੇਬੰਦੀਆਂ ਇੱਕ ਖਾਸ ਅਯੋਧਿਆ ਮੰਦਿਰ ਅਤੇ ਅਯੋਧਿਆ ਅਤੇ ਬਾਬਰੀ ਮਸਜਿਦ ਦੇ ਉਸ ਮਸਲੇ ਨੂੰ ਲੈ ਕੇ ਪਾਉਂਦੀਆਂ? ਸਵਾਲ ਵਿਸਥਾਰ ਮੰਗਦਾ ਇਸ ਵੇਲੇ, ਕਿਉਂਕਿ ਕੌਮ ਦੇ ਅੱਗੇ ਵੀ ਇਸੇ ਤਰ੍ਹਾਂ ਦੇ ਵੱਡੇ ਸਵਾਲ ਪਏ ਆ। ਸਿੱਖ ਭਾਰਤ ਵਿੱਚ ਘੱਟ ਗਿਣਤੀ ਕੌਮ ਹੈ। ਦੁਖਾਂਤ ਇਹ ਹੈ ਕਿ ਭਾਰਤ ਦੇ ਵਿੱਚ ਘੱਟ ਗਿਣਤੀਆਂ ਨਾਲ ਜਦੋਂ ਆਹ ਦੇਸ਼ ਆਜ਼ਾਦ ਹੋਇਆ
ਉਦੋਂ ਦੀ ਬੇਇਨਸਾਫੀ ਇਹ ਚੱਲ ਰਹੀ ਹੈ। ਇਹ ਵੀ ਭਾਵੇਂ ਬਿਲਕੁਲ ਕਲੀਅਰ ਹੈ ਕਿ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਜ਼ਿਆਦਾ ਕੁਰਬਾਨੀਆਂ ਸਿੱਖਾਂ ਨੇ ਅਤੇ ਪੰਜਾਬੀਆਂ ਨੇ ਕੀਤੀਆਂ, ਪਰ ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਜਦੋਂ ਦੇਸ਼ ਆਜ਼ਾਦ ਹੋਇਆ ਸੀ ਸਾਨੂੰ ਦਿੱਲੀ ਦੇ ਤਾਜਦਾਰਾਂ ਨੇ ਉਦੋਂ ਹੀ ਜਰਾਇਮ ਪੇਸ਼ਾ ਕੌਮ ਕਹਿ ਕੇ ਸਾਨੂੰ ਇਹ ਖਿਤਾਬ ਦਿੱਤਾ ਸੀ, ਜਿਹੜਾ ਕਿ ਉਹਨਾਂ ਲਈ ਇੱਕ ਬੜਾ ਵੱਡਾ ਦੁਖਾਂਤ ਹੋਣਾ ਚਾਹੀਦਾ ਸੀ। ਚਾਹੀਦਾ ਤਾਂ ਇਹ ਸੀ ਕਿ ਜਿਹੜੇ ਪਾਕਿਸਤਾਨ ਤੋਂ ਉੱਜੜ ਕੇ ਆ ਰਹੇ ਹੈ ਉਹਨਾਂ ਨੂੰ ਵਸਾਇਆ ਜਾਂਦਾ, ਉਲਟਾ ਸਗੋਂ ਸਾਨੂੰ ਜਰਾਇਮ ਪੇਸ਼ਾ ਕੌਮ ਦਾ ਖਿਤਾਬ ਦਿੱਤਾ। ਉਦੋਂ ਤੋਂ ਲੈ ਕੇ 1984 ਤੱਕ, 1984 ਤੋਂ ਲੈ ਕੇ 2015 ਤੱਕ ਇਹਨਾਂ ਨੇ ਕਦੇ ਵੀ ਸਿੱਖ ਕੌਮ ਨੂੰ ਸਾਫ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। ਦੇਖੋ ਅੱਜ ਤੱਕ ਗੁਰੂ, ਦੇਖੋ ਅੱਜ ਜਿਹੜਾ ਪੰਥ ਇਕੱਠਾ ਹੋਇਆ ਇਹ ਇਕੱਠਾ ਹੋਇਆ ਗੁਰੂ ਗ੍ਰੰਥ ਸਾਹਿਬ ਕਰਕੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਮੁੱਦਾ ਜਿਹੜਾ ਹੈ ਉਹ ਭਾਵੇਂ ਸਿੱਖ ਦੁਨੀਆ ਦੇ ਕਿਸੇ ਕੋਨੇ 'ਚ ਵੀ ਬੈਠਾ ਉਹਦੇ ਲਈ ਸਰਵੋਤਮ ਹੈ, ਬਾਕੀ ਗੱਲਾਂ ਬਾਅਦ 'ਚ। ਲੇਕਿਨ ਜੇ ਆਪਾਂ ਇਤਿਹਾਸ ਨੂੰ ਦੇਖੀਏ ਵੀ ਜਦੋਂ ਸਾਡੇ ਨਾਲ ਜਿਹੜੇ ਵਾਅਦੇ ਹੋਏ ਸੀ ਉਸ ਸਮੇਂ ਵੀ ਸਾਡੇ ਨਾਲ ਧੱਕਾ ਹੋਇਆ, ਕਿਉਂਕਿ ਉਹਨਾਂ ਨੇ ਕਿਹਾ ਸੀ ਆਜ਼ਾਦ ਭਾਰਤ ਦੇ ਵਿੱਚ ਭਾਸ਼ਾ ਦੇ ਆਧਾਰ 'ਤੇ ਅਸੀਂ ਸੂਬੇ ਬਣਾਵਾਂਗੇ। ਆਂਧਰਾ ਦੇ ਵਿੱਚ ਰਮੋਲੋਲਾ ਦਾ ਸ਼ਹੀਦ ਹੋਇਆ ਤਾਂ ਆਂਧਰਾ ਬਣ ਗਿਆ, ਲੇਕਿਨ ਪੰਜਾਬ ਦੇ ਵਿੱਚ ਤਰਤਾਰੀ ਸਿੰਘ ਸ਼ਹੀਦ ਹੋਏ, ਹਜ਼ਾਰਾਂ ਸਿੰਘ ਜੇਲ੍ਹਾਂ 'ਚ ਗਏ, ਬਠਿੰਡਾ ਜ਼ਿਲ੍ਹੇ 'ਚ ਬੰਦ ਸਿੰਘਾਂ ਦੇ ਗੋਲੀ ਚੱਲੀ, ਫਿਰ ਵੀ ਕੁਛ ਸਾਨੂੰ ਕੁਛ ਪ੍ਰਾਪਤ ਨਾ ਹੋਇਆ। ਕਹਿਣ ਦਾ ਭਾਵ ਇਹ ਹੈ ਦਿੱਲੀ ਬਾਰੇ ਜਿਹੜੇ ਹੈ ਉਹ ਸਿੱਖਾਂ ਨੂੰ ਸਾਫ ਦੇਣ ਲਈ ਬਿਲਕੁਲ ਤਤਪਰ ਨਹੀਂ ਹੈਗੇ। ਦਾਦੂਆ ਸਾਹਿਬ, ਸਵਾਲ ਇਹ ਹੈਗਾ ਦਿੱਲੀ ਤੋਂ ਫੈਸਲੇ ਨਹੀਂ ਮਿਲ ਰਹੇ ਕੌਮ ਨੂੰ, ਘੱਟ ਗਿਣਤੀ ਹੈ ਉਹ ਵਿਤਕਰੇ ਦਾ ਸ਼ਿਕਾਰ ਹੋ ਰਹੀ ਹੈ, ਤੁਸੀਂ ਸਾਰੇ ਲੋਕ ਇਹ ਗੱਲ ਕਹਿੰਦੇ, ਇਉਂ ਨਹੀਂ ਲੱਗਦਾ ਕਿ ਘੱਟ ਗਿਣਤੀ ਇਸ ਲਈ ਖੁਦ ਜ਼ਿੰਮੇਵਾਰ ਹੈ? ਜਦੋਂ ਕੌਮ ਵੰਡੀ ਪਈ ਹੈ ਤੁਸੀਂ ਕਹਿੰਦੇ ਹੋ ਵੀ ਪੰਥ ਇਕੱਠਾ ਹੋ ਗਿਆ, ਜਦੋਂ ਕੌਮ ਵੰਡੀ ਜਾਂਦੀ ਹੈ ਫਿਰ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਵੀ ਘੱਟ ਗਿਣਤੀ ਤਾਂ ਵੰਡੀ ਗਈ ਹੈ, ਅਸੀਂ ਵੀ ਇਹਨਾਂ ਨੂੰ ਹੋਰ ਵੰਡਦੇ। ਦੇਖੋ ਉਹਨਾਂ ਦਾ ਤਾਂ ਹਮੇਸ਼ਾ ਹੀ ਇਹ ਰਾਜਨੀਤੀ ਦਾ ਇੱਕ ਪੁਆਇੰਟ ਰਿਹਾ ਕਿ ਪੜ੍ਹੋ ਅਤੇ ਰਾਜ ਕਰੋ, ਪਰ ਹੁਣ ਜਿਸ ਤਰੀਕੇ ਦੇ ਨਾਲ ਸਿੱਖ ਸੰਗਤਾਂ ਸਿੱਖ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ ਨੇ ਜ਼ਰੂਰ ਇਨਸਾਫ ਲੈਣਗੀਆਂ, ਉਹਨਾਂ ਦੀ ਹਮੇਸ਼ਾ ਹੀ ਕੋਸ਼ਿਸ਼ ਰਹੀ। ਹੁਣ ਵੀ ਉਹਨਾਂ ਨੇ ਜਿਸ ਤਰੀਕੇ ਦਾ ਬਣਾਇਆ ਹੋਇਆ ਪੰਜਾਬ ਗੌਰਮੈਂਟ ਨੇ ਜਾਂ ਕੇਂਦਰ ਗੌਰਮੈਂਟ ਨੇ ਜਿਸ ਤਰੀਕੇ ਨਾਲ ਇਨਸਾਫ, ਮੈਂ ਉਸੇ 'ਤੇ ਆ ਜਾਂਦਾ, ਜਿਹੜਾ ਸਵਾਲ ਤੁਸੀਂ ਲੈਣਾ ਚਾਹੁੰਦੇ ਮੈਂ ਉਸੇ ਸਵਾਲ 'ਤੇ ਆ ਰਿਹਾ, ਸਿੱਧਾ ਸਵਾਲ ਤੁਹਾਨੂੰ ਕਰ ਰਿਹਾ। ਤੁਹਾਨੂੰ ਤਾਂ ਉਹਨਾਂ ਨੇ ISI ਦਾ ਏਜੰਟ ਤਾਂ ਕਹਿ ਦਿੱਤਾ, ਤੁਹਾਨੂੰ ਇਹ ਕਹਿ ਦਿੱਤਾ ਕਿ ਫੰਡਿੰਗ ਇਹਨਾਂ ਨੂੰ ਹੋ ਰਹੀ ਹੈ, ਤੁਸੀਂ ਉਹ ਚੀਜ਼ਾਂ ਸਾਫ ਕਰ ਦਿਓ ਨਾ। ਦੇਖੋ ਅਸੀਂ ਤਾਂ, ਤੁਸੀਂ ਅੱਜ ਸਾਡੇ ਕੋਲ ਆਏ ਹੋ, ਅਸੀਂ ਮੀਡੀਆ 'ਚ ਅਖਬਾਰਾਂ 'ਚ ਸਾਰਾ ਕੁਝ ਸਾਫ਼ ਕਰ ਚੁੱਕੇ ਹਾਂ ਔਰ ਇੱਥੋਂ ਤੱਕ ਕਹਿ ਚੁੱਕੇ ਹਾਂ ਕਿ ਜੇਕਰ ਵਿਕਰਮ ਮਜੀਠੀਆ ਜਾਂ ਸੁਖਬੀਰ ਬਾਦਲ ਜਿਨ੍ਹਾਂ ਨੇ ਇਲਜ਼ਾਮ ਲਾਏ ਆ ਉਹ ਸਿੱਧ ਕਰ ਦੇਣ ਤਾਂ ਅਸੀਂ ਬਰਗਾੜੀ ਅਕਾਊਂਟ ਜਿਹੜੇ ਨੇ ਉਹਦੇ ਵਿੱਚ ਦੋ ਤਾਂ ਅਕਾਊਂਟ ਹੀ ਇਨਵਾਇਲਡ ਨੇ ਜਿਹੜੇ ਹੈ ਹੀ ਨਹੀਂ ਆ, ਇੱਕ ਕਿਸੇ ਮਨਪ੍ਰੀਤ ਸਿੰਘ ਨਾਂ ਦਾ ਅਕਾਊਂਟ ਹੈ, ਇੱਕ ਸੁਖਬੀਰ ਬਾਦਲ ICICI ਬੈਂਕ ਦਾ ਅਕਾਊਂਟ ਮੇਰਾ ਕਦੇ ਜ਼ਿੰਦਗੀ 'ਚ ਨਹੀਂ ਖੁੱਲਿਆ। ਇਹ ਬਿਲਕੁਲ ਮੈਂ ਕਹਿ ਚੁੱਕਿਆ ਵੀ ਜਾਂ ਉਹ ਸਿੱਧ ਕਰਨ, ਜੇਕਰ ਉਹ ਸਿੱਧ ਨਹੀਂ ਕਿਸੇ ਦੇ ਅਕਾਊਂਟ ਐਵੇਂ ਮੀਡੀਆ 'ਚ ਦਿਖਾ ਦੇਣੇ ਜਾਂ ਕਿਸੇ ਦੇ ਨਾਂ 'ਤੇ ਮੜ ਦੇਣੇ ਡੀਟੇਲਾਂ, ਮੇਰੇ ਕੋਲ ਡੀਟੇਲਾਂ ਨੇ, ਤੁਸੀਂ ਜਸ ਪੰਜਾਬੀ ਵਾਲੇ ਮੇਰੇ ਕੋਲ ਅਕਾਊਂਟਾਂ ਦੀਆਂ ਡੀਟੇਲਾਂ ਲੈ ਸਕਦੇ ਆ। 13 ਸਾਲਾਂ ਦੇ ਵਿੱਚ 16 ਕਰੋੜ ਰੁਪਏ ਦਾ ਲੈਣ ਦੇਣ ਨਹੀਂ ਕਰਦੇ, ਜੇ ਤੁਹਾਡੇ ਕੋਰਟ 'ਚ ਚੈਲੰਜ ਵੀ ਕਰਨ ਵਾਸਤੇ ਸਾਰਾ ਕੁਛ ਹੋਇਆ ਵਾ, ਬਕਾਇਦਾ ਜਿਹੜੇ ਸਾਡੇ ਵਕੀਲਾਂ ਨੇ ਜਿਹੜੇ ਸਲਾਹ ਮਸ਼ਵਰਾ ਕੀਤਾ, ਪਰ ਮੈਂ ਤੁਹਾਨੂੰ ਕਹਿ ਰਿਹਾ ਕਿ 13 ਸਾਲਾਂ ਵਿੱਚ 16 ਕਰੋੜ ਦਾ ਲੈਣ ਦੇਣ ਵੀ ਨਹੀਂ ਹੋਇਆ। ਨਾਲੇ 5 ਗੁਰਦੁਆਰਿਆਂ ਦੀ ਕਾਰ ਸੇਵਾ, ਲੱਖਾਂ ਦਾ ਪ੍ਰਬੰਧ ਗੁਰਦੁਆਰਿਆਂ 'ਚ, ਲੰਗਰਾਂ ਦਾ, ਇਮਾਰਤਾਂ ਦਾ, ਧਰਮ ਪ੍ਰਚਾਰ 'ਤੇ ਹੁੰਦਾ, ਪਰ ਫਿਰ ਵੀ 16 ਕਰੋੜ ਦਾ 13 ਸਾਲਾਂ 'ਚ ਲੈਣ ਦੇਣ ਨਹੀਂ ਹੋਇਆ। ਉਹ 16 ਕਰੋੜ ਦੀ ISI ਦੀ ਐਂਟਰੀ ਕਹਿ ਰਹੇ, ਮੈਂ ਕਹਿ ਚੁੱਕਿਆ ਵੀ ਜੇ ਉਹ 1 ਕਰੋੜ ਦੀ ਐਂਟਰੀ ਕੀ 1 ਰੁਪਈਏ ਦੀ ਐਂਟਰੀ ISI ਦੀ ਸਿੱਧ ਕਰ ਦੇਣ ਤਾਂ ਅਸੀਂ ਬਰਗਾੜੀ ਦੀ ਦਾਣਾ ਮੰਡੀ 'ਚ ਬੈਠੇ ਹਾਂ, ਮੇਰੇ 'ਤੇ ਤੇਲ ਪਾ ਕੇ ਪੰਥ ਮੈਨੂੰ ਕੌਮ ਜਿਹੜਾ ਸਾੜ ਸਕਦਾ, ਨਹੀਂ ਤਾਂ ਸੁਖਬੀਰ ਅਤੇ ਮਜੀਠੀਆ ਨੂੰ ਗਲਤ ਬਿਆਨਬਾਜ਼ੀ ਕਰਕੇ ਵਿਧਾਨ ਸਭਾ ਦੇ ਬਾਹਰ ਤੇਲ ਲਾ ਕੇ। ਤੁਹਾਡੇ ਅਕਾਊਂਟ ਦੀ ਗੱਲ ਕਰਦੇ ਪਏ, ਉਹ ਵੀ ਕਰਦੇ ਪਏ, ਫੰਡਿੰਗ ਦੀ ਗੱਲ ਵੀ ਕਰਦੇ ਪਏ, ਤੁਸੀਂ ਸਾਰਾ ਕੁਝ ਰੱਖ ਦਿਓ ਨਾ ਸਾਰਾ। ਫੰਡਿੰਗ ਸਾਰਾ ਸਾਡੇ ਕੋਲ ਆ ਰਿਹਾ ਅਤੇ ਆਹ ਖਰਚੇ ਹੋ ਰਹੇ, ਫੰਡਿੰਗ ਜਿਹੜਾ ਹੈ ਇੱਥੇ ਏਜੰਸੀਆਂ ਬੈਠੀਆਂ ਨੇ, ਇੱਥੇ ਰੋਜ਼ਾਨਾ ਸਟੇਜ 'ਤੇ ਜੇ ਕੋਈ 10 ਰੁਪਏ ਦਿੰਦਾ, ਕੋਈ 1 ਲੱਖ ਦਿੰਦਾ, ਅਨਾਊਂਸ ਹੁੰਦਾ ਬਕਾਇਦਾ ਇੱਥੇ ਸਟੇਜ ਦੇ ਉੱਤੇ, ਬਕਾਇਦਾ ਸਾਰੀਆਂ ਏਜੰਸੀਆਂ ਵੀ ਇੱਥੇ, CID ਮਹਿਕਮਾ, IB ਮਹਿਕਮਾ ਬੈਠਾ, ਪੱਤਰਕਾਰ ਵੀਰ ਬੈਠੇ ਆ ਬਕਾਇਦਾ, ਅਤੇ ਸਾਰਾ ਹਿਸਾਬ ਕਿਤਾਬ ਆ। ਜਦੋਂ ਮਰਜ਼ੀ ਆ ਤੰਬੂ ਲੱਗਾ ਜਥੇਦਾਰ ਮੰਡ ਸਾਹਿਬ ਬੈਠੇ ਆ, ਜਦੋਂ ਮਰਜ਼ੀ ਆ ਕੇ ਇੱਥੇ ਆਮਦਨ ਅਤੇ ਖਰਚ ਦਾ ਹਿਸਾਬ ਲੈ ਸਕਦੇ ਆ ਵੀ ਕਿੰਨਾ ਖਰਚ ਹੋ ਗਿਆ ਅਤੇ ਕਿੰਨੇ ਇੱਥੇ ਪੈਸੇ ਆਏ। ਮੰਡ ਸਾਹਿਬ ਇਹੀ ਸਵਾਲ ਤੁਹਾਨੂੰ ਕਰਨਾ ਚਾਹੁੰਦਾ, ਮੰਡ ਸਾਹਿਬ ਜੋ ਚੀਜ਼ਾਂ ਇਹ ਉੱਠਦੀਆਂ ਹੈਗੀਆਂ, ਤੁਹਾਡੀ ਆਵਾਜ਼ ਦੂਰ ਤੱਕ ਪਹੁੰਚ ਰਹੀ ਹੈ, ਇਸ ਕਰਕੇ ਸਵਾਲ ਵੀ ਤੁਹਾਡੇ ਤੋਂ ਉੱਠਣਗੇ, ਉਹਨਾਂ ਸਵਾਲਾਂ ਦੇ ਜਵਾਬ ਵੀ ਤੁਸੀਂ ਦੇਣੇ ਆ, ਕਿਉਂਕਿ ਤੁਸੀਂ ਕੌਮ ਨੂੰ ਸੇਧ ਦੇ ਰਹੇ ਹੋ।
ਸਵਾਲ ਇਹ ਹੈਗਾ ਕਿ ਜੇ ਤੁਹਾਡੇ 'ਤੇ ਸਵਾਲ ਉੱਠਦੇ ਪਏ, ਤੁਸੀਂ ਜਾਂ ਸਾਫ਼ ਕਰ ਦਿਓ ਵੀ ਸਾਡੇ ਕੋਲ ਇੰਨੇ ਫੰਡਸ ਆ ਰਹੇ ਆ, ਅਸੀਂ ਇੰਨੇ ਵਰਤ ਰਹੇ ਹਾਂ, ਇਹ ਰੋਜ਼ਾਨਾ ਦਾ ਇੰਨਾ ਖਰਚਾ, ਇੰਨੀ ਸੰਗਤ ਹੋਈ, ਸਾਰੀ ਚੀਜ਼ਾਂ ਸਾਹਮਣੇ ਰੱਖ ਦਿਓ, ਉਹਨਾਂ ਵਿਰੋਧੀਆਂ ਨੂੰ ਸਵਾਲ ਚੁੱਕਣ ਦਾ ਮੌਕਾ ਹੀ ਨਾ ਮਿਲੇ। ਇਹ ਗੱਲ ਫਿਰ ਜਦੋਂ ਤੁਸੀਂ ਇਹ ਸੋਚ ਸ਼ੁਰੂ ਕੀਤਾ ਸੀ ਨਾ, ਇਹ ਸਾਨੂੰ ਗੱਲ ਪਹਿਲਾਂ ਦੱਸਣੀ ਸੀ, ਅਸੀਂ ਲੈ ਕੇ ਆਉਂਦੇ ਸਾਰਾ ਹਿਸਾਬ। ਇਸ ਮੌਕੇ 'ਤੇ ਮੈਂ ਕੋਈ ਅੱਗੇ ਰਜਿਸਟਰ ਨਹੀਂ ਰੱਖਿਆ ਹੈਗਾ, ਪਰ ਜਦੋਂ ਤੁਹਾਨੂੰ ਲੋੜ ਪਵੇ ਜਾਂ ਸੁਖਬੀਰ ਨੂੰ ਪਵੇ ਜਾਂ ਇੰਟੈਲੀਜੈਂਸੀ ਨੂੰ ਪਵੇ ਜਾਂ ਅਮਰਿੰਦਰ ਸਿੰਘ ਨੂੰ ਪਵੇ ਜਾਂ ਮੋਦੀ ਨੂੰ ਪਵੇ, ਤੇ ਉਹ ਆ ਜਾਣ, ਆਪਣੇ ਬੰਦੇ ਭੇਜ ਦੇਣ, ਮੈਂ ਇੱਥੇ ਦੇ ਦੂੰਗਾ ਡਿਟੇਲ ਲਾ ਕੇ। ਤੁਹਾਨੂੰ ਲੱਗਦਾ ਕਿ ਜਾਣ ਬੁੱਝ ਕੇ ਪ੍ਰੋਪਾਗੈਂਡਾ ਬਣਾਇਆ? ਕੋਈ ਗੱਲ ਨਹੀਂ, ਸਾਨੂੰ ਇੱਥੇ ਪ੍ਰਾਪੋ ਕਰਨੇ ਦਾ ਡਰ ਕੀ ਹੈ? ਅਸੀਂ ਇੱਥੇ ਸੱਚਾ ਸੁੱਚਾ ਮੋਰਚਾ ਲਾਇਆ, ਅਸੀਂ ਇੱਥੇ ਪੈਸੇ ਇਕੱਠੇ ਕਰਨ ਨਹੀਂ ਆਏ, ਅਸੀਂ ਆਪਣੇ ਗੁਰੂ ਦਾ ਇਨਸਾਫ਼ ਲੈਣ ਆਏ। ਇਹ ਉਲਝਾਇਆ ਜਾ ਰਿਹਾ ਹੈ, ਪਰ ਮੈਂ ਇੱਕ ਗੱਲ ਦੱਸ ਦੇਣੀ ਚਾਹੁੰਦਾ ਕਿ ਤੁਸੀਂ ਕਹਿੰਦੇ ਹਾਂ ਕਿ ਤੁਹਾਨੂੰ ਦਿੱਲੀ ਇਨਸਾਫ਼ ਕਿਵੇਂ ਦਊਗੀ, ਕਿਵੇਂ ਮੰਨਿਆ ਜਾਵੇ ਦਿੱਲੀ ਤੁਹਾਨੂੰ ਇਨਸਾਫ਼ ਦਊਗੀ? ਮੈਂ ਕਹਿੰਦਾ ਵੀ ਅਸੀਂ ਦਿੱਲੀ ਤੋਂ ਇਨਸਾਫ਼ ਲੈ ਲਵਾਂਗੇ, ਕਿਉਂਕਿ ਪਹਿਲਾਂ ਅਸੀਂ ਇਕੱਠੇ ਨਹੀਂ ਸੀ, ਹੁਣ ਅਸੀਂ ਇਕੱਠੇ ਹੋ ਰਹੇ ਹਾਂ। ਪਰ ਜਦੋਂ ਖਾਲਸਾ ਪੰਥ ਇਕੱਠਾ ਹੁੰਦਾ ਅਤੇ ਉੱਠਦਾ ਅੰਗੜਾਈ ਲੈਂਦਾ, ਇਨਸਾਫ਼ ਪੈਰਾਂ ਵਿੱਚ ਆ ਜਾਂਦਾ, ਅਸੀਂ ਲੈ ਲਾਂਗੇ, ਸਾਨੂੰ ਇਨਸਾਫ਼ ਲੈਣਾ ਆਉਂਦਾ। ਪਰ ਅਸੀਂ ਪੂਰਮਨ ਰਹੇ ਹਾਂ, ਅਸੀਂ ਪੂਰਮਨ ਅੱਜ ਵੀ ਹਾਂ, ਲੋਕਤੰਤਰ ਦਾ ਸਾਨੂੰ ਪਤਾ, ਅਸੀਂ ਲੋਕਤੰਤਰ ਦੀ ਇੱਕ ਇੱਕ ਗੱਲ ਸਮਝਦੇ ਹਾਂ। ਅਗਰ ਕੋਈ ਦੀ ਉਲੰਘਣਾ ਕਰਦਾ ਹੈ, ਉਹ ਮੌਕੇ ਦੀਆਂ ਸਰਕਾਰਾਂ ਕਰ ਰਹੀਆਂ ਬੇਇਨਸਾਫ਼ੀ, ਜਿੱਥੇ ਦਲੀਲ ਅਤੇ ਅਪੀਲ ਅਤੇ ਵਕੀਲ ਦੀ ਗੱਲ ਨਾ ਸੁਣੀ ਜਾਵੇ, ਉੱਥੇ ਫਿਰ ਮੋਰਚੇ ਲੱਗਦੇ ਨੇ ਅਤੇ ਮੋਰਚੇ ਹਮੇਸ਼ਾ ਫੈਸਲਾ ਕਰਦੇ ਨੇ, ਮੋਰਚਾ ਫੈਸਲਾ। ਬਿਲਕੁਲ ਬੀਰਜਿੰਦਰ ਸਿੰਘ, ਸਿਆਸਤ ਇੱਕ ਗੱਲ ਕਹਿੰਦੀ ਹੈ ਕਿ ਇਹ ਮੋਰਚਾ ਪੰਜਾਬ ਦਾ ਮਾਹੌਲ ਖਰਾਬ ਕਰ ਸਕਦਾ। ਇਹ ਸਵਾਲ ਹੋ ਸਕਦਾ ਇੱਥੇ ਸੰਗਤ ਨੂੰ ਚੰਗਾ ਨਾ ਲੱਗੇ, ਕਿਉਂਕਿ ਜਿਹੜੀ ਸੰਗਤ ਇੱਥੇ ਬੈਠੀ ਹੈ ਇਨਸਾਫ਼ ਲੈਣ ਦੇ ਲਈ, ਉਹਨਾਂ ਅੱਗੇ ਇਹ ਸਵਾਲ ਰੱਖਿਆ ਜਾਵੇ ਤਾਂ ਸ਼ਾਇਦ ਉਹਨਾਂ ਨੂੰ ਗੁੱਸਾ ਵੀ ਆ ਸਕਦਾ ਹੈ। ਪਰ ਇਹ ਸਵਾਲ ਜਨਤਾ ਦੀ ਕਚਹਿਰੀ ਦੇ ਵਿੱਚ ਉਛਾਲਿਆ ਜਾ ਰਿਹਾ, ਅਤੇ ਇਸ ਵਾਸਤੇ ਮੈਂ ਸਵਾਲ ਇਹ ਕਰਨਾ ਚਾਹੁੰਦਾ, ਸਿਆਸਤ ਦੀ ਗੱਲ ਕਿਉਂ ਕਹਿੰਦੀ ਹੈ ਮੋਰਚਾ ਪੰਜਾਬ ਦਾ ਮਾਹੌਲ ਖਰਾਬ ਕਰ ਸਕਦਾ? ਪਹਿਲਾਂ ਤਾਂ ਮੈਂ ਪਹਿਲੀ ਤੁਹਾਡੀ ਗੱਲ ਦਾ ਜਵਾਬ ਦੇਣਾ ਚਾਹੁੰਦਾ, ਜਿਹੜੇ ਇਲਜ਼ਾਮ ਲਾਏ ਨੇ ਉਹ ਲਾਉਂਦਾ ਜਾਂ ਤਾਂ ਸੁਖਬੀਰ ਬਾਦਲ ਜਾਂ ਲਾਉਂਦਾ ਮਜੀਠੀਆ, ਉਹ ਤਾਂ ਸਾਡੇ ਦੋਸ਼ੀ ਨੇ, ਉਹ ਤਾਂ ਕੌਮ ਦੇ ਕਟਹਿਰੇ 'ਚ ਖੜ੍ਹੇ ਨੇ, ਜਿਹਨੇ ਸਾਰੀ ਇਹ ਕਾਰਵਾਈ ਕੀਤੀ ਆ, ਉਹਦੇ ਇਲਜ਼ਾਮ ਕੋਈ ਮਾਨਾ ਨਹੀਂ ਰੱਖਦੇ। ਪਹਿਲਾਂ ਵੱਡਾ ਬਾਦਲ, ਛੋਟਾ ਬਾਦਲ, ਮਜੀਠੀਆ, ਇਹ ਤਾਂ ਦੱਸ ਦੇਣ ਵੀ ਜਿਹੜੀ ਸਾਰੀ ਸਿੱਖ ਕੌਮ ਇੰਨੇ ਸਾਲਾਂ ਤੋਂ ਲੁੱਟ ਰਹੇ ਨੇ, ਉਹਦਾ ਤਾਂ ਹਿਸਾਬ ਕਿਤਾਬ ਦੇ ਦੇਣ। ਇਹ ਤਾਂ ਮੋਰਚੇ ਚੱਲ ਰਹੇ ਨੇ, ਇਹ ਤਾਂ ਜੱਦੋਜਹਿਦ ਹੋ ਰਹੀ ਹੈ, ਸੰਘਰਸ਼ ਹੋ ਰਿਹਾ, ਕੌਮ ਦਾ ਸੰਘਰਸ਼ ਆ। ਸਾਰੀ ਕੌਮ ਤਾਂ ਤਰ੍ਹਾਂ ਤਰ੍ਹਾਂ ਕਰ ਰਹੀ ਹੈ ਉਹਨਾਂ ਦੇ ਖਿਲਾਫ਼ ਕਿ ਉਹ ਲੁੱਟ ਕੇ ਖਾ ਗਏ, ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬਖਸ਼ਿਆ, ਨਾ ਅਕਾਲ ਤਖ਼ਤ ਨੂੰ ਬਖਸ਼ਿਆ, ਨਾ ਯੂਨੀਵਰਸਿਟੀਆਂ ਬਖਸ਼ੀਆਂ, ਨਾ ਉਹਨਾਂ ਨੇ ਕਾਲਜ ਬਖਸ਼ੇ, ਸਾਰੀਆਂ ਸੰਸਥਾਵਾਂ ਮਿੱਟੀ ਚ ਬੁਲਾਤੀਆਂ। ਉਹ ਕੌਣ ਹੁੰਦੇ ਨੇ ਜਥੇਦਾਰ? ਮੇਰੀ ਇੱਕ ਗੱਲ ਹੋਰ ਹੈ, ਮੈਨੂੰ ਇਸ ਗੱਲ ਤੇ ਰੰਜ ਹੈ ਕਿ ਜਿਹੜੇ ਜਥੇਦਾਰ ਸਰਬੱਤ ਖਾਲਸੇ ਨੇ ਜਿਹਨਾਂ ਨੂੰ ਨਿਯੁਕਤ ਕੀਤਾ, ਆ ਦੋ ਜਥੇਦਾਰ ਸਾਹਿਬ ਬੈਠੇ ਨੇ, ਸਾਰੀ ਕੌਮ ਇੱਥੇ ਇਕੱਠੀ ਕਰ ਲਈ ਨਾ, ਉਦਣ ਕਿੰਨੇ ਕਿੰਨੀ ਗਿਣਤੀ ਕਰ ਸਕਦੇ ਹੋ? 7 ਤਰੀਕ ਨੂੰ ਕਿੰਨੀ ਕੁ ਗਿਣਤੀ ਸੀ? ਸਾਰੀਆਂ ਗਿਣਤੀਆਂ ਮਿਣਤੀਆਂ ਫੇਲ ਹੋ ਗਈਆਂ। ਇੰਨੇ ਜਥੇਦਾਰਾਂ ਦੇ ਬੁਲਾਈ ਹੋਈ ਕੌਮ ਇਕੱਠੀ ਹੋਈ ਹੈ, ਉਹਨਾਂ ਦੇ ਜਥੇਦਾਰ ਕਿਤੇ 500 ਬੰਦਾ ਇਕੱਠਾ ਕਰਕੇ ਦੁਸ਼ਮਣ ਬਾਤ ਕਰੇ ਅਨਹੋਣੀ, ਉਹ ਕਹਿੰਦੇ ਆ ਇਕੱਠ ਹੋ ਰਿਹਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦ ਵੀ ਹੋਈ ਹੈ, ਸਾਰਿਆਂ ਦੇ ਹਿਰਦੇ ਵਲੂੰਦਰੇ ਜਾ ਰਹੇ, ਉਹ ਗੱਲ ਮੰਨਦੇ ਪਏ ਆ, ਪਰ ਉਹ ਕਹਿੰਦੇ ਜਿਸ ਤਰੀਕੇ ਨਾਲ ਇਹ ਸਾਰਾ ਇਕੱਠ ਕੀਤਾ ਜਾ ਰਿਹਾ, ਇਹਨਾਂ ਤੋਂ ਕੰਟਰੋਲ ਨਹੀਂ ਹੋਣਾ ਤੇ ਪੰਜਾਬ ਦਾ ਮਾਹੌਲ ਖਰਾਬ। ਉਹ ਕੌਣ ਨੇ ਕਹਿਣਾ? ਮੈਨੂੰ ਤੁਸੀਂ ਦੱਸੋ, 7 ਤਾਰੀਖ ਨੂੰ ਉਰੇ ਲੱਖਾਂ ਦੀ ਗਿਣਤੀ 'ਚ ਲੋਕ ਆਏ, ਕੋਈ ਇੱਕ ਬੰਦਾ ਦੱਸ ਸਕਦੇ ਹੋ ਜਿਹਨੂੰ ਝਰੀਟ ਆਈ ਹੋਵੇ? ਕੋਈ ਇੱਕ ਬੰਦਾ? ਜਾਂ ਮਰਿਆਦਾ ਦੇ ਉਲਟ ਕੋਈ ਗੱਲ ਹੋਈ ਹੋਵੇ? ਹਿੰਦੂ ਮੁਸਲਮਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਸਾਰਾ ਸਮਾਗਮ ਹੋਇਆ, ਕੋਈ ਜਿਹੜੇ ਮੋਰਚੇ ਦੇ ਸੰਚਾਲਕ ਨੇ ਉਹਨਾਂ ਵੱਲੋਂ ਕੋਈ ਗੈਰ ਜ਼ਿੰਮੇਵਾਰ ਬਿਆਨ ਦਿੱਤਾ ਗਿਆ ਹੋਵੇ ਜਿਹੜਾ ਹਾਲਾਤ ਨੂੰ ਭੜਕਾਉਂਦਾ ਹੋਵੇ, ਤੇ ਫਿਰ ਮੋਰਚਾ ਕੰਟਰੋਲ 'ਚ ਕਿਉਂ ਨਹੀਂ ਹੈ? ਮੋਰਚਾ ਇੱਥੇ 3 ਮੁੱਖ ਮੰਗਾਂ ਨੂੰ ਲੈ ਕੇ ਰੱਖਿਆ ਗਿਆ। ਮੰਚ ਤੋਂ ਇਹੋ ਜਿਹਾ ਬਿਆਨ ਨਹੀਂ ਆਉਣਾ ਚਾਹੀਦਾ ਜਿਹੜਾ ਗੈਰ ਜ਼ਿੰਮੇਵਾਰ ਹੋਵੇ, ਇਹ ਬੀਰਜਿੰਦਰ ਸਿੰਘ ਗੱਲ ਕਿਹਾ ਗਿਆ। ਮੇਰਾ ਸਵਾਲ ਇਹ ਹੈ, ਮੰਚ ਤੋਂ ਆਜ਼ਾਦੀ ਦੀ ਗੱਲ ਹੋ ਰਹੀ ਸੀਗੀ, ਤੁਹਾਡੇ ਲੀਡਰ ਆਜ਼ਾਦੀ ਦੀ ਗੱਲ ਕਰ ਰਹੇ ਸੀਗੇ, ਕਿਹੜੀ ਆਜ਼ਾਦੀ ਚੋਣ? ਜਿਹੜੀ ਆਜ਼ਾਦੀ ਹੈ, ਆਜ਼ਾਦੀ ਸ਼ਬਦ ਮਾੜਾ, ਪੰਛੀ ਆ ਜਿਹੜਾ ਇੱਕ ਪਿੰਜਰੇ ਦੇ ਵਿੱਚ ਬੰਦ ਪੰਛੀ ਹੈ, ਉਹ ਵੀ ਕਹਿੰਦਾ ਮੈਂ ਪਿੰਜਰੇ 'ਚ ਬਾਹਰ ਨਿਕਲਾਂ। ਇੱਕ ਤੁਸੀਂ ਵੀ ਇੱਥੇ ਬੈਠੇ ਹੋ, ਤੁਹਾਨੂੰ ਵੀ ਕਿਤੇ ਇੱਕ ਬੱਸ ਦੇ ਵਿੱਚ ਬਿਠਾਈ ਰੱਖਿਆ, ਤੁਹਾਡਾ ਵੀ ਜੀ ਕਹਿੰਦਾ ਬੱਸ ਦੇ ਵਿੱਚ ਬਾਹਰ ਨਿਕਲਾਂ। ਆਜ਼ਾਦੀ, ਹਰੇਕ ਬੰਦਾ ਆਜ਼ਾਦੀ ਚਾਹੁੰਦਾ, ਹਰੇਕ ਬੰਦਾ ਆਪਣੀ ਅਣਖ ਨਾਲ ਕਹਿਣਾ ਚਾਹੁੰਦਾ। ਅੱਜ ਆਜ਼ਾਦੀ ਦੇ ਸਾਡੇ ਕੋਲ ਆਜ਼ਾਦੀ ਹੁੰਦੀ, ਸਾਡਾ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਉਂਗਲ ਲਾ ਦਿੰਦਾ
ਸਾਡੇ ਗੁਰੂ ਸਾਡਾ ਦਰਬਾਰ ਸਾਹਿਬ ਇਸ ਕਰਕੇ ਅਸੀਂ ਬਿਲਕੁਲ ਗੁਲਾਮੀ ਦੇ ਵਿੱਚ ਰਹਿ ਰਹੇ ਹਾਂ। ਇਸ ਕਰਕੇ ਜੇ ਗੁਲਾਮ ਹੈ ਅੱਜ ਸਾਡੇ ਸਿੰਘ ਸਾਹਿਬ ਬੈਠੇ ਆ, ਉਹ ਸਿੰਘ ਸਾਹਿਬ ਕੋਲੇ ਤਾਂ ਸਿੰਘ ਸਾਹਿਬ ਨੂੰ ਸਾਡੇ ਸਿੰਘ ਸਾਹਿਬ ਨੂੰ ਪ੍ਰਕਾਸ਼ ਸਿੰਘ ਬਾਦਲ ਨੇ 11 ਨਵੰਬਰ ਨੂੰ ਦਰਬਾਰ ਸਾਹਿਬ ਦੇ ਵਿੱਚੋਂ ਫੜ ਕੇ ਸਾਡੀ ਆਜ਼ਾਦੀ ਨੂੰ ਬਿਲਕੁਲ ਉਹਨੇ ਜਲੀਲ ਕੀਤਾ। ਇਸ ਕਰਕੇ ਸਿਮਰਜੀਤ ਸਿੰਘ ਜਿਹੜਾ ਪਾਰਟੀ ਦਾ ਕੌਮੀ ਲੀਡਰ ਹੈ, ਉਸਨੇ ਸਦਾ ਅਣਖ ਦੀ ਗੱਲ ਕੀਤੀ ਹੈ, ਸਦਾ ਗੱਲ ਕਰ ਘਰ ਘਰ ਘੱਟ ਗਿਣਤੀਆਂ ਦੀ ਗੱਲ ਕੀਤੀ ਹੈ, ਕੌਮ ਦੀ ਗੱਲ ਕੀਤੀ ਹੈ, ਸੱਚ ਦੀ ਗੱਲ ਕੀਤੀ ਹੈ ਤੇ ਅਣਖ ਦੀ ਗੱਲ ਕੀਤੀ ਹੈ। ਇਸ ਮੰਚ ਤੋਂ ਹੋਣੀ ਚਾਹੀਦੀ ਹੈ ਆਜ਼ਾਦੀ ਦੀ ਗੱਲ। ਤੁਸੀਂ ਦੱਸੋ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਉਂ ਹੋਈ, ਦਿਓ ਜਵਾਬ। ਦੋਸ਼ੀ ਕਿਉਂ ਨਹੀਂ ਫੜੇ ਗਏ, ਦਿਓ ਜਵਾਬ। ਸਾਡੇ ਨੌਜਵਾਨਾਂ ਨੂੰ ਗੋਲੀਆਂ ਮਾਰੀਆਂ ਕਿ ਨਹੀਂ ਮਾਰੀਆਂ? ਦੋਸ਼ੀ ਕਿਉਂ ਨਹੀਂ ਫੜੇ ਗਏ, ਦਿਓ ਜਵਾਬ। ਸਾਡੇ ਜਿਹੜੇ 28-28 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਨੇ, ਜਿਹੜੇ ਜਵਾਨ ਉਮਰ ਵਿੱਚ ਗਏ ਅਤੇ ਬੁਢੇਪੇ ਦੇ ਵਿੱਚ ਆ ਗਏ, ਉਹਨਾਂ ਨੂੰ ਕਿਉਂ ਨਹੀਂ ਛੱਡਿਆ ਗਿਆ? ਦੇਵੇ ਜਵਾਬ ਸਰਕਾਰ ਦੇਵੇ ਜਾਂ ਮੀਡੀਆ ਦੇਵੇ। ਇਹਨਾਂ ਵਿੱਚ ਦੋਨੋਂ ਸਰਕਾਰਾਂ ਫੇਲ ਆ, ਇਸ ਤੋਂ ਪਹਿਲਾਂ ਵਾਲੀ ਸਰਕਾਰ ਵੀ ਫੇਲ ਸੀ, ਹੁਣ ਵਾਲੀ ਸਰਕਾਰ ਵੀ ਫੇਲ। ਦੇਖੋ, ਕਾਨੂੰਨ ਦੇ ਦੋਹਰੇ ਮਾਪਦੰਡ ਨੇ ਇੱਥੇ, ਘੱਟ ਗਿਣਤੀਆਂ ਵਾਸਤੇ ਹੋਰ ਨੇ, ਵੱਧ ਗਿਣਤੀਆਂ ਵਾਸਤੇ ਹੋਰ ਨੇ। ਅਗਰ ਗੀਤਾ ਦੀ ਬੇਅਦਬੀ ਹੋਈ ਹੁੰਦੀ ਤਾਂ ਇੱਕ ਮਿੰਟ ਦੇ ਵਿੱਚ ਸਾਰਾ ਕੁਛ ਹੋ ਜਾਣਾ ਸੀ। ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕੁਰਾਨ ਦੀ ਬੇਅਦਬੀ ਹੋ ਗਈ, ਕਿਸੇ ਨੇ ਪੁੱਛਿਆ ਤੱਕ ਨਹੀਂ। ਇਹ ਗੁਰੂ ਗ੍ਰੰਥ ਸਾਹਿਬ ਜਿਹੜਾ ਇਹ ਕਿਸੇ ਇੱਕ ਪਾਰਟੀ ਦਾ, ਇੱਕ ਬੰਦੇ ਦਾ, ਇੱਕ ਧਰਮ ਦਾ, ਇਹ ਤਾਂ ਸਰਬ ਸਾਂਝੀ ਬਾਣੀ ਦੇ ਵਿੱਚ ਸਾਰੀ ਮਨੁੱਖਤਾ ਨੂੰ ਸਭੇ ਸਾਂਝੀ ਵਾਲਸ ਦਾਇਨ, ਕੋਈ ਨਾ ਦਿੱਥੇ ਬਾਹਰਾ ਜੀਓ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇਹ ਤਾਂ ਸਾਰੀ ਮਨੁੱਖਤਾ ਦੀ ਗੱਲ ਕਰਦੀ ਹੈ। ਅਤੇ ਫਿਰ ਉਹਦੀ ਬੇਅਦਬੀ ਸਰਕਾਰ ਦੇ ਮੌਜੂਦਗੀ ਵਿੱਚ ਹੋ ਗਈ, ਇੱਕ ਵਾਰ ਨਹੀਂ 300 ਵਾਰ ਹੋ ਗਈ ਹੈ, ਕਿ ਅਸੀਂ ਹੁਣ ਇਹ ਛੱਡ ਜਾਈਏ ਦੇਸ਼? ਜਿਹੜਾ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਈ ਹੈ, ਉਸ ਰਿਪੋਰਟ ਦੀ ਤੁਹਾਨੂੰ ਤਸੱਲੀ ਹੈ? ਬਿਲਕੁਲ ਨਹੀਂ ਸਾਨੂੰ ਤਸੱਲੀ। ਔਰ ਰੋਲ ਕੇ ਰੱਖਤੀ ਉਹਦੀ ਰਿਪੋਰਟ ਸਰਕਾਰਾਂ ਨੇ, ਕੀ ਅਸੀਂ ਤਸੱਲੀ ਕਰੀਏ? 3600 ਕਮਿਸ਼ਨ ਬਣੇ ਨੇ, ਸਾਨੂੰ ਤਾਂ ਕਟਹਿਰੇ ਵਿੱਚ ਸਾਰਾ ਕੁਝ ਚਾਹੀਦਾ। ਅਸੀਂ ਕਰਵਾਵਾਂਗੇ, ਯਾਦ ਰੱਖਿਓ। ਬਿਲਕੁਲ ਆ ਸੰਗਤ ਇਕੱਠੀ ਹੋ ਰਹੀ ਹੈ, ਉਹ ਵੀ ਸ਼ਾਂਤਮਈ ਢੰਗ ਦੇ ਨਾਲ, ਅਤੇ ਬਿਲਕੁਲ ਕਰਨਾ ਪਊਗਾ, ਨਾ ਚਾਹੁੰਦੇ ਹਨ। ਸੰਗਤ ਨੂੰ ਪੁੱਛਦੇ ਹਾਂ ਕਿ ਸੰਗਤ ਰਿਪੋਰਟ ਬਾਰੇ ਅਤੇ ਕੈਪਟਨ ਅਮਰਿੰਦਰ ਸਿੰਘ ਦਾ 27 ਅਗਸਤ ਨੂੰ ਸੈਸ਼ਨ, ਲੰਬਾ ਸੈਸ਼ਨ ਚਲਾਉਣਾ KP ਜੀ, ਔਰ ਸਿੰਘ ਸਾਹਿਬਾਨ ਨੂੰ ਵੀ ਪਤਾ, ਸਾਰੀ ਸੰਗਤ ਨੂੰ ਪਤਾ ਕਿ ਉਦੋਂ ਸਾਰੇ ਦਿਨ ਦਾ ਅਤੇ ਅੱਧੀ ਰਾਤ ਲਗਭਗ 9 ਵਜੇ ਤੱਕ ਦਾ ਸੈਸ਼ਨ ਚੱਲਿਆ ਸੀ, ਉਦੋਂ ਝੋਲੀਆਂ ਵੀ ਅੱਡੀਆਂ ਗਈਆਂ, ਉਦੋਂ ਵਾਰ ਵਾਰ ਤਰਲੇ ਵੀ ਪਾਏ ਗਏ, ਸੁਖਜਿੰਦਰ ਰੰਧਾਵਾ ਨੇ ਵੀ ਤਰਲੇ ਪਾਏ, ਤ੍ਰਿਪਤਰ ਚੰਦਰ ਬਾਜਵਾ ਨੇ ਵੀ ਤਰਲੇ ਪਾਏ, ਨਵਜੋਤ ਸਿੰਘ ਸਿੱਧੂ ਨੇ ਵੀ ਆਪਣਾ ਪੱਲਾ ਅੱਗੇ ਕੀਤਾ ਕਿ ਕੈਪਟਨ ਸਾਹਿਬ ਹੁਣ ਕੋਈ ਕਠੋਰ ਅਤੇ ਸਖ਼ਤ ਫੈਸਲਾ ਲੈ ਕੇ ਸਾਡੀ ਜਿਹੜੀ ਸਾਡੇ ਬਾਪ ਦੀ ਬੇਅਦਬੀ ਹੋਈ ਹੈ, ਸਾਡੇ ਪਿਓ ਦੀ ਬੇਅਦਬੀ ਹੋਈ ਹੈ, ਸਾਡੇ ਗੁਰੂ ਦੀ ਜਿਹੜੀ ਬੇਅਦਬੀ ਹੋਈ ਹੈ, ਉਹਦੇ ਦੋਸ਼ੀਆਂ ਨੂੰ ਸਜ਼ਾ ਦਿਓ। ਹੁਣ ਕੀ ਸਮਝਿਆ ਜਾਵੇ? ਸੰਗਤ ਤੋਂ ਮੈਂ ਇੱਕ ਨਿਰਪੱਖ ਜਵਾਬ ਮੰਗਦਾ, ਕੀ ਸਮਝਿਆ ਜਾਵੇ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਝੂਠੀ ਹੈ ਜਾਂ ਉਹਦੇ ਵਿੱਚ ਤੱਥ ਗਲਤ ਨੇ, ਜਾਂ ਸਰਕਾਰ ਜਾਂ ਕੈਪਟਨ ਅਮਰਿੰਦਰ ਸਿੰਘ ਦੀ ਨੀਅਤ ਝੂਠੀ ਹੈ ਜਾਂ ਉਹਦੇ ਵਿੱਚ ਕੋਈ ਖੋਟ ਹੈ? ਜਿਹੜੀਆਂ ਰਿਪੋਰਟਾਂ ਨੇ ਉਹ ਦੋ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਆਈਆਂ ਨੇ। ਇੱਕ ਉਹ ਰਿਪੋਰਟਾਂ ਜਿਵੇਂ ਜਸਟਿਸ ਰਣਜੀਤ ਸਿੰਘ ਤੋਂ ਤਿਆਰ ਕਰਵਾਈਆਂ, ਉਹਦੇ ਜਸਟਿਸ ਗੁਰਨਾਮ ਸਿੰਘ ਤੋਂ ਤਿਆਰ ਕਰਵਾਈਆਂ, ਤ੍ਰਿਪਾਠੀ ਸਾਹਿਬ ਤੋਂ ਕਰਵਾਈਆਂ, ਜੋਰਾ ਸਿੰਘ ਜੀ ਤੋਂ ਕਰਵਾਈਆਂ, ਉਹ ਜਨਤਕ ਨਹੀਂ ਹੋਈਆਂ। ਇਹ ਇੱਕ ਪਹਿਲੀ ਰਿਪੋਰਟ ਹੈ ਜਿਹੜੀ ਜਨਤਕ ਹੋਈ ਹੈ। ਇੱਥੇ ਖਦਸ਼ਾ ਇਹ ਹੈ, ਸਬਕਾ ਸਪਸ਼ਟ ਦਿਸ ਰਿਹਾ ਹੈ, ਸਾਰੀ ਅਸੈਂਬਲੀ ਦੇ ਪਾਸ ਹੋਣ ਤੋਂ ਬਾਅਦ ਜਦੋਂ ਕਾਰਵਾਈ ਨਹੀਂ ਹੁੰਦੀ ਤਾਂ ਜਿਹੜੀ 500+ ਸਫ਼ੇ ਦੀ ਰਿਪੋਰਟ ਹੈ, ਇੱਕ ਚੰਗੀ ਕਿਤਾਬ ਤਾਂ ਹੋ ਸਕਦੀ ਹੈ, ਪਰ ਅਸੀਂ ਅੱਗੇ ਤੋਂ ਸਿੱਖਾਂ ਦੇ ਵਿੱਚ ਇੱਕ ਪ੍ਰਭਾਵ ਜਾਊਗਾ, ਇੱਕ ਚੰਗੀ ਕਿਤਾਬ ਪੜ੍ਹ ਲਓ, ਉਹਦੇ 'ਚੋਂ ਦੋਸ਼ੀਆਂ ਦਾ ਪਤਾ ਲੱਗ ਜੂਗਾ, ਪਰ ਕਾਰਵਾਈ ਨਾ ਕਰਕੇ ਉਹਨੂੰ ਕਿਤਾਬ ਬਣਾਇਆ ਜਾ ਰਿਹਾ, ਉਹਨੂੰ ਰਿਪੋਰਟ ਨਹੀਂ ਬਣਾਈ ਜਾ ਰਹੀ। ਮਤਲਬ ਕਿ ਉਹ ਸਿਰਫ ਇੱਕ ਇਤਿਹਾਸਕ ਦਸਤਾਵੇਜ਼ ਬਣ ਕੇ ਰਹਿ ਸਕਦਾ ਜੀ, ਇਸ ਤੋਂ ਵੱਧ ਕੁਛ ਨਹੀਂ ਹੋ ਸਕਦਾ? ਇੱਕ ਇਸੇ ਦੇ ਨਾਲ ਜੁੜਦਾ, ਕਿਉਂਕਿ ਜਦੋਂ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੀ ਗੱਲ ਆ ਗਈ, ਕੀ ਕਹਿਣਾ ਚਾਹੋਗੇ? ਜਸਟਿਸ ਰਣਜੀਤ ਸਿੰਘ ਦੀ ਕਮਿਸ਼ਨ ਦੀ ਜਿਹੜੀ ਰਿਪੋਰਟ ਹੈ, ਉਹਦੇ ਵਿੱਚ ਜਿਹੜੇ ਨਾਮਜ਼ਦ ਕੀਤੇ ਆ SIT ਨੇ ਬੰਦੇ ਜਾਂ ਕਮਿਸ਼ਨ ਨੇ, ਉਹ ਮੈਂ ਸਮਝਦਾ ਜਿੰਨੀ ਕੁ ਮੈਨੂੰ ਜਾਣਕਾਰੀ ਹੈ, ਉਹ ਸਾਰੇ ਸੌਦਾ ਸਾਧ ਦੇ ਚੇਲਿਆਂ ਦਾ ਨਾਂ ਆਉਣ ਕਰਕੇ 2019 ਦੀਆਂ ਜਿਹੜੀਆਂ ਵੋਟਾਂ ਨੇ ਉਹਨੂੰ ਮੁੱਖ ਰੱਖ ਕੇ ਰਾਜਸਥਾਨ, ਪੰਜਾਬ, ਹਰਿਆਣਾ, ਦਿੱਲੀ ਉਹਦੇ ਵਿੱਚ ਸੈਂਟਰ ਦੀ ਸਰਕਾਰ ਅਤੇ ਪੰਜਾਬ 'ਚ ਕਾਂਗਰਸ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ, ਉਹਨਾਂ ਨੂੰ ਆਪਦੇ ਹੱਕ 'ਚ ਭੁਗਤਾਉਣ ਵਾਸਤੇ ਉਹਨਾਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕਰਦੇ। ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਹੈ, ਇਹ CBI ਕੋਲ ਕੇਸ ਸੀਗਾ ਅਤੇ ਸਟੇਟ ਨੇ ਬੇਸ਼ੱਕ 11 ਬੰਦੇ ਫੜੇ, ਉਹ 'ਚ ਸੌਦਾ ਸਾਧ ਦਾ ਵੀ ਨਾਂ ਸੀ, ਉਹਨੂੰ ਫੜਿਆ ਨਹੀਂ, ਉਹਦੇ PA ਦਾ ਨਾਂ ਸੀ, ਉਹਦੇ 45 ਮੈਂਬਰੀ ਕਮੇਟੀ ਦਾ ਨਾਂ ਸੀ, ਅਤੇ ਸਟੇਟ ਗੌਰਮੈਂਟ ਨੇ ਉਹਨੂੰ ਪੰਜਾਬ ਦੀਆਂ ਪਾਇਲਟਾਂ ਦਿੱਤੀਆਂ ਸੀਗੀਆਂ 3 ਬੰਦਿਆਂ ਨੂੰ। ਸੁਖਵੀਰ ਬਾਦਲ ਨੇ ਉਹਨਾਂ ਨੂੰ 2 ਬੰਦਿਆਂ ਨੂੰ, ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਗਿਆ ਤਾਂ ਉਹਨੂੰ ਲਾਇਸੈਂਸ ਇਸ਼ੂ ਕਰੇ।
जिन्हें अंग खिलारे उन्होंने भी दो लसेंस इशू करे, पर सी बी आई ने तीन बंदे फड़े ते तीन बंदे फड़न के बावजूद दो महीने उहदा चलान पेश करन दा टाइम सीगा, सी बी आई ने चलान ही नहीं पेश कीता ते उह बंदयां दी जमानत हो गई। जिहड़ा बेअदबी दा केस आ सी बी आई कोले सी, स्टेट ने उते कोई भी कार्रवाई नहीं कीती। जिवें हिंदू टारगेट किलिंग दा केस सी, उहनूं राते रात कैप्टन ने अमरिंदर सिंह ने प्रैस कॉन्फ्रेंस करती, मैं थोड़े कातल फड़ ले हिंदू भरावां नूं दसता। हरियाणे च इक गैंगस्टर मारता, उहदी रात नूं प्रैस कॉन्फ्रेंस करती, मैं उह मारता। पर गुरु ग्रंथ साहिब दी बेअदबी करन वालिआं दी गल सी बी आई की बेल भी हो गई, अज तक सरकार ने पुष्टि नहीं की इस गल की। रणजीत सिंह की रिपोर्ट के बारे मैं ये कहना चाहना है भी पहला तो वह रिपोर्ट लीक हो गई, इन्होंने बार पांच पांच रुपए के कापियां वंडियां और जिस दे विच गुरु ग्रंथ साहब की हर एक जी बाणी है विच कई गल्लां लिखियां है वो इन्होंने पाड़ के ए पैरां दे विच उछाली। लोगों के भरम फैला रहे हैं भी उत्थे जे तुसीं जाओगे गर्म ख्यालीए है या उत्थे तुसीं जाओगे तो तुहानूं जिहड़ा वह हिंदू सिखां नूं खतरा है। सानू कोई भरम नहीं, मैं आप वेख्या उस दिन जो इन्हों का उतों भज जाना, एक पासे रह गए आम आदमी पार्टी वाले, एक पासे कांग्रेस वाले, ये उत्थे पहुँच ही नहीं सके। तो मैं कहना भागे पीछे भागना नहीं मर्दों का काम, जो मैदान से भाग गया वो मर गया मौत हराम। असी सारियां जिहड़ियां जाति पाति तो उपर उठ के गुरु ग्रंथ साहब साहब का सांझा है, असी इहदे लई 24 घंटे तत्पर रहांगे, हाजिर होवां। बहुत खूबसूरत गल ये कही है कि इसे करके संगत ने इस नुताइज भी किया है कि साझीवालता हमेशा रहनी चाहिए है, पंजाब दे विच अमन शांति वो रहनी चाहिए है। दादूवाल साहब सवाल यह है कि जे मौजूदा सरकार तुहाडे इस मोर्चे नूं तार फिडो करन की कोशिश करते हो तुसीं की करो? देखो पुरअमन तरीके शांतमई असीं यह मोर्चा आरंभ किया, 4.5 महीने हुण जा रहे शांतमई है, असी शांतमई का लड़ नहीं छड़ना। पुरअमन तो शांतमई तरीके सरकार जिन्ना मर्जी जबर कर लवे, पहला भी गोलियां मारियां, पहला भी फड़ के जेलों च डकिया, झूठे मुकदमे बादलों के राज भी होए, कैप्टन सरकार मोदी सरकार कर ले सानू कोई नहीं, असी पुरअमन शांतमई तरीके दे नाल इंसाफ मंगते रहेंगे। और जेड़े लोग संविधान के कानून दियां सौहां खा के कसमां खा के कुर्सियां ते अफसर ते मंत्री बहिंदे आ, असी उन्होंने दरिया से बह के कानून के संविधान मनण वास्ते प्रेरदे रहांगे। देखो साडियां तिन्ने मंगा कानूनी आ, जदों मुख्यमंत्री पंजाब दे नाल साडी आ पैनल बैठा है, मुख्यमंत्री नाल पंजाब भवन च 6 जून नूं मीटिंग हुई, उन्होंने पंजाब सरकार के सदे ते मुख्यमंत्री ने कहा तुहाडियां तिन्ने मंगा कानूनी है, कोई गैर कानूनी नहीं। जिन्ने उन्होंने कैबिनेट मंत्री इत्थे आए उन्होंने कहा कानूनी है, कोई भी गैर कानूनी नहीं है। तो सानू दुख इस गल का कि कानून अनुसार जिहड़ियां मंगां ने उन्होंने मनवाउण वास्ते सानू दरियां ते बहना पै रहा, 4.5 महीने हो गए मोर्चे ते, पर असी इसे तरह पुरअमन शांतमई तरीके नाल अकाल पुरख ते भरोसा रख के गुरु ग्रंथ साहब महाराज जी छतर छाया और आज सिख पंथ मुसलमान भरा ईसाई मूल निवासी सब दे सहयोग दे नाल असी इह पुरअमन तरीके नाल इंसाफ की मंग करांगे और इंसाफ लै के उठांगे। ठीक है चीमा साहब सवाल यह हैगा कि सरकार हुण तुहाडे संपर्क में है, सरकार गलबात कर रही है, कोई विचोला आया हो, कोई गलबात करता हो, कोई तुहाडा सुनेहा लैके जाता पिया हो, क्योंकि 14 तरीक आ रही है, उस तो पहला सरकार का कोई नुमाइंदा तुहाडे कोल पहुँच रहा? नहीं, इस तो पहले आते रहे, इतने मिनिस्टर आए, रंधावा साहब आए, उन्होंने इतने गल की है, इन्होंने दादूवाल साहब नाल भी गल की है, ध्यान सिंह मांडोना नाल भी, जथेदार जी नाल भी गल की है, पर हुण इन्हां दिनां दे विच कोई नहीं आया। इस मोर्चे नूं कोई बंदा तालपीटो नहीं कर सकता, ये सारे बंदे गुरु ग्रंथ साहब दे नाल जिन्ने भी इत्थे वीर बैठे आ, सारा पंजाब है जिहड़ा गुरु ग्रंथ साहब दी बेअदबी दे लई इत्थे इकट्ठा होया, सो इस मोर्चा कदे तालपीटो नहीं हो सकता। बूटा सिंह जी, संगत जिस तरीके नाल तुहाडे नाल जुड़ रही है इंज कोई शक नहीं गा, संगत आप मुहारे आ रही है, क्योंकि सारा नूं दुख है श्री गुरु ग्रंथ साहब की बेअदबी का, इंसाफ चाहिए है, सारी संगत नूं इंसाफ चाहिए। ये उम्मीद की जा सकती है कि इस संगत जो तक इंसाफ नहीं मिलता इदा ही तुहाडे जुड़ी रहेगी? संगत बधू इस तो वध संगत का हाल आऊगा। हुण पंजाब चों ते फिर बाहर स्टेटां चों आऊ, बाहरले मुल्कां चों इत्थे आउणगे लोग, यह संगत बधूगी, क्योंकि गल गुरु ग्रंथ साहब की, गल किसी मनुख की नहीं, गल केवल दे कोल गुरु ग्रंथ साहब की आ। और जिहड़ा मनुख इत्थे मोर्चा ला के बैठा 4.5 महीने तो, उहदे ते लोकां नूं भरोसा वज गया, और पहली वार ये होया
कि जे कौम ने किसी ने भरोसा बजे वो ध्यान सिंह मंड जिसते भरोसा बजे और सानू अच्छा पार्टियां बंडिया छोटिया छोटिया पर सू जो फोन आते लोग कहें कि हूँ एक बंदा थोड़े को जहेदर ध्यान सिंह मंड जिहड़ा उत्थे लगातार बैठा तो उन्होंने साथी सिंह साहब भाई बाबा बलजीत सिंह दादू वाले वर्गे जिहड़े मोर्चे की शान आ इस करके लोगों को बजिया भरोसा और भुलेखा चक देणगे लोग सत्त वाला दा की इहदे वड्डे वड्डे कट होणगे। मान साहब बहुत इंपोर्टेंट गल है कि भरोसा तुहाडे ते आ कौन तुहानू हुण किन ते भरोसा है क्योंकि सवाल दोनों सरकारां ते पिछलियां ते भी होण वाली सरकार ते मैनू पहली गल ते इह है कि संगत नूं गुरु ते भरोसा है संगत इतने आ रही है गुरु ग्रंथ साहब करके मेरा करके नहीं आ रही मैं एक आम बंदा मेरी कोई यहोजी गल नहीं है कि लोग मेरे ते भरोसा करन पर मैं गुरु का सिख हाँ मेरा भी गुरु ते भरोसा है तो बहुत पक्का भरोसा ये भरोसा जित दे विच बदलूगा ये जित होगी इतों इतों खालसा पंथ का जिहड़ा जित दा झंडा इतने लहरा के उठांगे दुनिया की दुनिया की कोई भी ताकत सानू इतों उस तरह उठा नहीं सकती क्योंकि हक मंगना लोकतंत्र दे विच हर एक का फर्ज आ वो मंग सकता आपकी आवाज बुलंद कर सकता वह भी शांतमई ढंग दे नाल जो शुरू जो तुम मोर्चा शुरू किया सरकार के नुमाइंदे कैबिनेट मंत्री इतने पहुंचे थे उदों की गलबात करते थे हुण जिहड़ी गलबात नहीं करते पहला बादल सरकार ने इस मसले नूं दबाउण दी कोशिश की ते दबाया जिहड़े इंसाफ मंगदे सी उहनां नूं जेलां च सुट्टिया उहनां नूं देश धरोह दे केस भी पाए आम सिखां नूं आम संगत नूं डरा दिता गया उस तों बाद कैप्टन अमरिंदर सिंह ने इस बरगाड़ी आ के लोकां नाल वादा कीता सी कि जो लोग मेरी सरकार बनाउण बादल बेईमान आ इह जानबुझ के इंसाफ नहीं दिंदा तो मैं एक महीने के बेच दुध का दुध तो पानी का पानी कर दूँ पर 17 महीने सरकार चलाउन तो बाद जो कैप्टन ने कोई गल नहीं तोरी तो फिर ये मोर्चा लग्या तो हुण अमरिंदर सिंह भी बेईमान आ सारा कुछ उन्हें पता है वो कोई भुलड़ नहीं हैगा ना वो सरकार भुलड़ा वो जान बुझ के वो मैनू लगता कि अंडर प्रैशर आ जान बुझ के इन दबा चाहता है पर हुण ये जिहड़ा मोर्चा है ना संगत चो आवाज आई सी ये मोर्चा जिहड़ा है ये मोर्चा बहुत उत्ते चले गया इहनू दबाउणा मान साहब संगत चो आवाज आई सी कि दोनों दोस्ती पुकार रहे तुसीं इस नाल इत्तेफाक रखदे मैं कहना दोस्ती पुकार रहा जो सेंटर तो बादल नूं घुमाउंदा रहा वह मनदा रहा जो अमरिंदर सिंह नूं आ रहा वह मनदा रहा क्योंकि जिहड़ा सेंटर है घट गिनतियां दा दुश्मन आ खास करके सिखां दा इहने सानूं बड़ा वड्डा सबक सिखाया है जिहड़े सिखां ने देश नूं आजाद कराउण वास्ते 87% कुरबानियां कीतियां उन्हां दे हरिमंदर दे उत्ते जे फौज चढ़ाई आ ते इस देश ने चढ़ाई आ सानूं उह भुलदा नहीं तुसीं तां नाल रहे हो सरकारां दे नाल तुसीं काम कीता दोस्ती निभा रही है दो परिवार बिल्कुल जाहिर है कि दोस्ती तां पुराणी इन्हां दी चल रही है ये करप्शन दे मामले च भी इकट्ठे ने और इस मामले जिस तरीके भूमिका जो कैप्टन अमरिंदर सिंह की है मैनू तो इस गल का इलम है आई एम प्रीवी टू दिस कि जिहड़ी जस्टिस रणजीत सिंह कमीशन की रिपोर्ट एक जून नू जस्टिस रणजीत सिंह ने कैप्टन अमरिंदर सिंह दे सपुरद की 30 जून वो 31 जुलाई नू प्रेस कॉन्फ्रेंस करता है कैप्टन अमरिंदर सिंह कि मैं ये मामले जिहड़े ने CBI दे सपुरद कर दिते 30 जून तो 31 जुलाई तक वो रिपोर्ट कित्थे रही 30 जून तो 31 जुलाई तक वो रिपोर्ट बादलों कोल रही बादलों ने दिखाई बादलों ने अपने वकीलों नू दिखाई बादलों ने ये हदायत की सेंटर दे राही कैप्टन अमरिंदर सिंह नू भी तुसी ये सारे मामले CBI दे सपुरद कर दिओ साड़ी सेंटर च नूं वजीर है तो CBI सेंटर दे अंडर है असी ये सारा कुछ उत्थे सप्रेस करके इनू CBI दे ठंडे बस्ते च पा दांगे इस करके कैप्टन अमरिंदर सिंह ने वो रिपोर्ट जिहड़ी है जिस दिन वो रिपोर्ट कैप्टन अमरिंदर सिंह नूं दित्ती गई बतौर चीफ मिनिस्टर उहदा ये दायित्व बनता सी एज चीफ मिनिस्टर
सब तो पहला रिपोर्ट उन्हों कैबिनेट में टेबल करनी चाहिए सी, अपनी कैबिनेट नाल शेयर कर दे, लेकिन कैबिनेट में रखे बिना ही वो रिपोर्ट बादलों तो दिखाती तो 31 जुलाई में बयान देता भाई CBI मैं मामला दे रहा। कैबिनेट को रिपोर्ट उदों जाती है जदों असैम्बली में डिबेट तो पहला कैबिनेट एजेंडा पास करती है, उस तो पहला तो किसी कैबिनेट मिनिस्टर को यही नहीं पता कि जस्टिस रणजीत सिंह कमीशन की रिपोर्ट की है। दूसरी जिस दिन असैम्बली डिबेट हुई है मैं तुहानू दसना चाहना कि हिंदुस्तान का जिहड़ा एक्ट हैगा कमीशन ऑफ इनक्वायरी एक्ट 1952 वो मुताबक कमीशन अपॉइंट होंदा उहदी जिहड़ी धारा 5 है उहदे च क्लीयरली डिफाइन किया हैगा कि जे भारत सरकार कमीशन बनाउंदी है, भारत सरकार बनाउंदी है जिस दिन कमीशन अपनी रिपोर्ट गवर्नमेंट ऑफ इंडिया नूं पेश करदा है उहदे 6 महीने के अंदर अंदर वो रिपोर्ट दोवां सदनां ते, क्योंकि बाईकैमरल सिस्टम है साडा पार्लीमेंट का, राज्यसभा ते लोकसभा दोनों च पेश करनी है, नाले लिखिया अलोंग विद एक्शन टेकन रिपोर्ट। इट इज़ मैंडेटरी फॉर द गवर्नमेंट कि एक्शन टेकन रिपोर्ट तुसी नाल सदन की मेज ते रखो। ये क्योंकि कमीशन स्टेट का सी, ये स्टेट लई मैंडेटरी सी कि 6 महीने के अंदर अंदर विधानसभा च रखना, ते नाल उहदे ये भी जिहड़ी धारा है लागू सी कि एक्शन टेकन रिपोर्ट भी नाल देनी है। एक्शन टेकन रिपोर्ट की सी, जिहड़े बंदे कमीशन ने दोषी ठहराए ने उन्हां नूं अरैसट करके अंदर दे के फिर सदन च रिपोर्ट कर दे, लेकिन उन्होंने कहता कि जी असी एक सिट बनाती असी ये कर लगता जान बच के लूप रखे गए, शुरू तो ठगी शुरू होगी। हुण भी उह देखो जिस दिन 5 लाख तो वध संगत इत्थे सी उस दिन कैप्टन अमरिंदर सिंह लंबी च बयान दिंदा है कि सिट बनाई है, जे सिट ने बादल नूं दोषी या सुखबीर नूं दोषी गिरदानिया तो फिर मैं फड़ लूँगा। सिट कौन है, सिट की है, जदों मेरी गल सुनो ध्यान नाल, जदों FIR दर्ज होगी कमीशन ने बंदे नेम करते, FIR च बंदे नेम हो गए, नवी FIR दर्ज होगी, फिर सिट की की लोड़ सी, सिट तो साडे नाल बेईमानी हो रही है ना, सानू सिट ते भरोसा ना कैप्टन ते भरोसा। जिहड़े पुलिस मुलाजम दी गल करदे उहनां नूं स्टे मिल चुकिआ, कैप्टन कैप्टन वो कुछ कर रहा जो उन्हों राजनाथ सिंह ने कहा, समझ गए ना। लेकिन एक मेरे तुहानू बेनती करा, यह है सिखां दा धार्मिक मोर्चा और ये मोर्चा उस तरज से है जिस तरज से कुंजिया का मोर्चा लग्या, जिस तरज से ननकाणा साहब का मोर्चा लग्या, जिस तरज से जैतो का मोर्चा लग्या। अज तक कदे सिखां दे किसी मोर्चे च सिख चल के ना दिल्ली च गए ने ना किसी होर सरकार कोल गए ने, सिखां ने दृढ़ता नाल अपने मोर्चे ते पहरा दिता, सरकारां चल के आईयां, चाहे ननकाणा साहब का मोर्चा सी चाहे कुंजिया का मोर्चा सी, जिदन कुंजिया का मोर्चा फतेह होया उदन अंग्रेज ने स्नेहा भेजिया सी कुंजिया लै जाओ, कुंजिया लै जाओ आके DC कोलो, लेकिन सिखा ने फैसला किया सी असी कुंजिया लैन DC कोल नहीं जावांगे, DC आके हरिमंदर साहब दीआं कुंजिया बाबा खड़क सिंह दे सपुरद करेगा। इदां ही होया ये मोर्चा, साडी पिछली मीटिंग च जिहदा ध्यान सिंह मंड होरां ने बड़ी दृढ़ता नाल कहा सी कि यह जिहड़ा मोर्चा हैगा ये सड़कां ते नहीं जाएगा, ये सड़कों पर नहीं जाएगा, सारिया सड़क पंजाब दियाँ दिल्ली दियाँ इस मोर्चे वाल आनगियां, और तंबू च फैसला होएगा सरकार चल के सवाल ही मैं अगे लैके जा रहा। बलजीत सिंह दादूवाल साहब, इस मोर्चे दे विच सारी संगत सरकार प्रशासन सब नूं इत्थे आना पवेगा, इस मोर्चे चो कोई सियासत का राह नहीं निकलेगा, कोई श्रोमणी गुरद्वारा प्रबंधक कमेटी दी चोणां विच नहीं जाएगा, ये सब सब चीज़ें इस विच है। देखो ये जिहड़ा मोर्चा लग्या ये धर्म का मोर्चा, तो जदों मोर्चे लगते हैं मोर्चे दे विचों सारे प्रबंध निकलते आप मुहारे निकलते बनाए नहीं जाते, असी किसी सियासत नाल नहीं बड़ी नीयत साफ नाल इन्हां तीन मुद्दों नूं लैके बैठे हाँ, पर जिहड़ा पंथ इकट्ठा हो रहा कौम इकट्ठी हो रही है, कौम ने अपने भविख भी तय करने, ये सारा भविख जिहड़ा कौम है वह तय करूगी,
ਪਰ ਇਹ ਸਾਡੇ ਵਿੱਚੋਂ ਵੀ ਅਸੀਂ ਕੋਈ ਪਾਰਟੀ ਬਣਾਉਣੀ ਜਾਂ ਕੋਈ ਅਸੀਂ ਕਿਸ ਤਰ੍ਹਾਂ ਦੀ ਸਿਆਸਤ ਬਿਲਕੁਲ ਨਹੀਂ ਆ, ਤਾਂ ਹੀ ਆ ਭਰੋਸਾ ਕਰਕੇ ਸੰਗਤਾਂ ਜਿਹੜੀਆਂ ਲੱਖਾਂ ਸਾਡੇ ਕੋਲ ਆ ਰਹੀਆਂ, ਔਰ ਸਾਰੀਆਂ ਸਿਆਸੀ ਧਿਰਾਂ ਬਾਦਲ ਬੀਜੇਪੀ ਕਾਂਗਰਸ ਨੂੰ ਛੱਡ ਕੇ ਸਾਰੀਆਂ ਸਿਆਸੀ ਧਿਰਾਂ ਵੀ ਸਾਡੇ ਕੋਲ ਤਾਂ ਹੀ ਆ ਰਹੀਆਂ ਕਿਉਂਕਿ ਬੜੀ ਨੀਅਤ ਸਾਫ਼ ਨਾਲ ਅਸੀਂ ਧਰਮ ਦੀਆਂ ਮੰਗਾਂ ਲੈ ਕੇ ਇਤਨੇ ਜਿਹੜੀਆਂ ਨੇ ਉਹ ਮੋਰਚਾ ਲਾਇਆ। ਅਸੀਂ ਆਖਰੀ ਹਿੱਸੇ ਦੇ ਵਿੱਚ ਪ੍ਰੋਗਰਾਮ ਅਸੀਂ ਖਤਮ ਕਰਨ ਵਾਲੇ ਹਾਂ, ਪਰ ਇਸ ਸਭ ਦੇ ਵਿੱਚ ਵਾਲੀ ਜਿਹੜੀ ਇਹਨਾਂ ਨੇ ਗੱਲ ਕੀ ਹੈ ਕਿ ਰਾਹ ਜਿਹੜਾ ਰਾਹ ਇੱਧਰ ਨੂੰ ਵੀ ਆਉਂਦਾ ਅਤੇ ਰਾਹ ਬਾਹਰ ਨੂੰ ਵੀ ਜਾਂਦਾ ਹੈਗਾ। ਪ੍ਰਿੰਸ ਭਾਰਦਵਾਜ, ਥੋੜ੍ਹੀ ਜਿਹੀ ਸੰਗਤ ਦੀ ਟਿੱਪਣੀ ਲੈ ਲਓ ਕਿ ਰਾਹ ਜਿਹੜਾ ਇਸ ਮੋਰਚੇ ਦਾ ਇਨਸਾਫ਼ ਤੋਂ ਬਾਅਦ ਕਿੱਥੇ ਜਾ ਕੇ ਸਮਾਪਤ? ਹਾਂ ਬਿਲਕੁਲ ਠੀਕ ਹੈ ਜੀ, ਮੈਂ ਟਿੱਪਣੀ ਕਿਉਂਕਿ ਮੇਰੇ ਦਿਮਾਗ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੱਲੀ ਜਾਂਦੀ ਸੀ ਅਤੇ SGPC ਦਾ ਜ਼ਿਕਰ ਭਾਈ ਦਾਦੂਵਾਲ ਜੀ ਨੇ ਆਪ ਹੀ ਕਰ ਦਿੱਤਾ ਗਿਆ, ਇਸ ਬਾਰੇ ਕੀ ਟਿੱਪਣੀ ਹੈ ਤੁਹਾਡੀ? ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਵਾਲ ਹੈ ਜਿਹੜਾ ਕਿ ਰਾਜਨੀਤਿਕ ਭਵਿੱਖ ਇਸ ਮੋਰਚੇ 'ਚੋਂ ਕਿਸ ਤਰ੍ਹਾਂ ਦਾ ਹੋਵੇਗਾ ਜਾਂ ਹੋਵੇਗਾ ਜਾਂ ਨਹੀਂ ਹੋਵੇਗਾ। ਸਭ ਤੋਂ ਪਹਿਲਾਂ ਨਿਸ਼ਾਨਾ ਇਸ ਮੋਰਚੇ ਦਾ ਇਸ ਮੋਰਚੇ ਨੂੰ ਜਿੱਤਣਾ, ਫਤਿਹ ਕਰਨਾ। ਸਿੰਘ ਸਾਹਿਬ ਜਥੇਦਾਰ ਧਿਆਨ ਸਿੰਘ ਮੰਡ ਅਤੇ ਉਹਨਾਂ ਦੇ ਸਾਥੀ ਸਿੰਘ ਸਾਹਿਬਾਨ ਦਾ ਇਹ ਐਲਾਨੀਆ ਬਿਆਨ ਆ ਚੁੱਕਾ ਹੈ ਕਿ ਇਹ ਮੋਰਚਾ ਜਿਸ ਦਿਨ ਜਿੱਤ ਲਵਾਂਗੇ, ਜਿਸ ਦਿਨ ਇੱਥੋਂ ਕੌਮ ਜਿੱਤ ਕੇ ਨਿਕਲੇਗੀ, ਸਾਡੀ ਘਰ ਬੈਠਿਆਂ ਦੀ ਸਰਕਾਰ ਸੰਗਤਾਂ ਬਣਾ ਦੇਣਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜ਼ਿਕਰ ਜਿਹੜਾ ਹੋਇਆ ਉਹ ਵਾਰ ਵਾਰ ਜ਼ਿਕਰ ਇਹ ਹੋ ਰਿਹਾ ਕਿ ਇਸ ਮੋਰਚੇ ਦਾ ਰਾਹ ਜਿਹੜਾ ਉਹ ਬੜਾ ਲੰਬਾ ਹੈ, ਇਸ ਮੋਰਚੇ ਦਾ ਰਾਹ ਜਿਹੜਾ ਪੰਥ ਨੂੰ ਸੇਧ ਦੇਣ ਵਾਲਾ ਹੋਣਾ ਚਾਹੀਦਾ। ਇਹ ਵਾਰ ਵਾਰ ਸੰਗਤ ਵੀ ਮੰਗ ਕਰ ਰਹੀ ਹੈ, ਵਿੱਚ ਕੁਝ ਸਿਆਸਤਦਾਨ ਵੀ ਬੈਠੇ ਹੈਗੇ ਆ, ਪਰ ਜਦੋਂ ਗੱਲ ਇੱਥੇ ਮੰਚ 'ਤੇ ਆਉਂਦੀ ਹੈ ਸਿਆਸਤਦਾਨ ਇਹ ਵੀ ਕਹਿੰਦੇ ਹੈਗੇ ਆ ਕਿ ਸਿਆਸਤ ਇੱਕ ਪਾਸੇ ਧਰਮ ਪਹਿਲਾਂ। ਦਾਦੂਵਾਲ ਸਾਹਿਬ, ਅਗਲਾ ਪ੍ਰੋਗਰਾਮ ਕੀ ਹੈ ਸੰਗਤ ਦੇ ਲਈ? ਕਿਉਂਕਿ ਇਹ ਮੋਰਚਾ ਲਗਾਤਾਰ ਇਨਸਾਫ ਮੋਰਚਾ ਲਗਾਤਾਰ ਚੱਲ ਰਿਹਾ ਇਸ ਵਾਰ, ਕਿਉਂਕਿ 12 ਅਕਤੂਬਰ ਨੂੰ ਬੇਅਦਬੀ ਹੋਈ ਸੀ 3 ਸਾਲ ਪਹਿਲਾਂ, ਅਤੇ 14 ਅਕਤੂਬਰ ਨੂੰ 2 ਸਿੰਘ ਸ਼ਹੀਦ ਕੀਤੇ, ਨੇਕਾਂ ਜ਼ਖਮੀ। ਅਸੀਂ ਉਹਨਾਂ ਸ਼ਹੀਦ ਸਿੰਘਾਂ ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀ ਵਾਲਾ ਅਤੇ ਭਾਈ ਗੁਰਜੀਤ ਸਿੰਘ ਸਰਾਵਾਂ ਦਾ ਸ਼ਹੀਦੀ ਸਮਾਗਮ ਵੱਡੀ ਪੱਧਰ 'ਤੇ ਇਸ ਇਨਸਾਫ਼ ਮੋਰਚੇ ਦੇ ਵਿੱਚ ਮਨਾ ਰਹੇ ਹਾਂ, ਉਹਨਾਂ ਦੀ ਬਰਸੀ ਸਮਾਗਮ, ਸ਼ਹੀਦੀ ਸਮਾਗਮ। ਅਤੇ 14 ਤਰੀਕ ਨੂੰ ਵਹੀਰਾਂ ਘੱਤ ਕੇ, ਇਸ 14 ਅਕਤੂਬਰ ਨੂੰ ਵਹੀਰਾਂ ਘੱਤ ਕੇ ਸੰਗਤਾਂ ਜਿਹੜੀਆਂ ਸਾਡੇ ਸਿੱਖ ਭਰਾ, ਮੁਸਲਮਾਨ ਭਰਾ, ਹਿੰਦੂ ਭਰਾ, ਈਸਾਈ ਮੂਲ ਨਿਵਾਸੀ, ਸਾਰੇ ਧਾਰਮਿਕ ਅਤੇ ਰਾਜਨੀਤਿਕ ਜਿਹੜੇ ਉਹਨਾਂ ਸ਼ਹੀਦਾਂ ਨੂੰ ਸਿਜਦਾ ਕਰਨ ਵਾਸਤੇ ਔਰ ਗੁਰੂ ਗ੍ਰੰਥ ਸਾਹਿਬ ਦੀ ਲੱਗੇ ਇਸ ਮੋਰਚੇ ਨੂੰ ਹੁਲਾਰਾ ਦੇਣ ਵਾਸਤੇ ਇੱਥੇ ਆ ਰਹੇ, ਸਭ ਨੂੰ ਅਪੀਲ ਕਰਦੇ ਹਾਂ ਕਿ ਉਹ 14 ਤਰੀਕ ਨੂੰ ਸ਼ਹੀਦਾਂ ਦਾ ਬਰਸੀ ਸਮਾਗਮ ਮਨਾਉਣ ਵਾਸਤੇ ਇੱਥੇ ਆਓ। ਵਿਦੇਸ਼ ਦੇ ਵਿੱਚ ਜਿਹੜੀਆਂ ਸਿੱਖ ਸੰਗਤਾਂ ਬੈਠੀਆਂ ਨੇ, 1 ਜੂਨ ਤੋਂ ਜਦੋਂ ਮੋਰਚਾ ਲੱਗਿਆ, ਅਤੇ ਮੈਂ ਬੜੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕੋਈ ਜੋ ਮਰਜ਼ੀ ਇਲਜ਼ਾਮਬਾਜ਼ੀ ਇੱਥੋਂ ਲਾਵੇ ਜਾਂ ਕੋਈ ਕਿਤਿਓਂ ਵੀ ਲਾਵੇ, ਉਹਨਾਂ 'ਤੇ ਕੋਈ ਅਸਰ ਨਹੀਂ। ਅਤੇ ਜੋ ਸਾਥ ਵਿਦੇਸ਼ਾਂ ਦੇ NRI ਵੀਰਾਂ ਨੇ ਸਾਡਾ ਅੱਜ ਤੱਕ ਦਿੱਤਾ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਇਹ ਵੀ ਸਾਨੂੰ ਪਤਾ ਹੈ ਕਿ ਬੱਚਾ ਬੱਚਾ ਜਿਹੜਾ ਵਿਦੇਸ਼ਾਂ ਦਾ ਜਿਹੜਾ ਹੈਗਾ ਉਹ ਮੋਰਚੇ ਦੇ ਨਾਲ ਜੁੜਿਆ ਹੋਇਆ, ਅਤੇ ਉਹਦੀਆਂ ਦਿਨ ਰਾਤ ਦੀਆਂ ਜਿਹੜੀਆਂ ਨਜ਼ਰਾਂ ਨੇ ਉਹ ਮੋਰਚੇ ਵੱਲ, ਹਰ ਸਿੱਖ ਬੈਠ ਕੇ ਉੱਥੇ ਅਰਦਾਸ ਕਰ ਰਿਹਾ ਕਿ ਇਹ ਮੋਰਚਾ ਚੜ੍ਹਦੀ ਕਲਾ ਵਿੱਚ ਹੋਵੇ, ਅਤੇ ਸਾਨੂੰ ਸਾਡੇ ਪੰਜਾਬ ਦੇ ਜਿਹੜੀ ਸਾਰੀ ਸਿੱਖ ਸੰਗਤਾਂ ਜਾਂ ਦੂਜੀਆਂ ਸਟੇਟਾਂ ਦੀ ਉਹ ਸਾਰੀਆਂ ਸੰਗਤਾਂ ਧੰਨਵਾਦ ਕਰਦੀਆਂ ਨੇ। ਕਿਸੇ ਦੇ ਸਾਨੂੰ ਕੋਈ ਸ਼ੱਕ ਨਹੀਂ, ਸਭ ਕੁਛ ਪੰਥ ਦੇ ਨਾਲ ਜੁੜ ਚੁੱਕਾ ਹੈ, ਪੰਥ ਇੱਕ ਪਲੇਟਫਾਰਮ 'ਤੇ ਇਕੱਠਾ ਹੋ ਗਿਆ, ਪੰਥ ਸ੍ਰੀ ਅਕਾਲ ਤਖਤ ਸਾਹਿਬ 'ਤੇ ਇਕੱਠਾ ਹੋ ਗਿਆ, ਪੰਥ ਇੱਕ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠਾ ਹੋ ਗਿਆ। ਹੁਣ ਅਸੀਂ ਖੁਦ ਫੈਸਲਾ ਕਰਨ ਦੇ ਯੋਗ ਹੋ ਗਏ ਹਾਂ, ਸੋ ਸਾਨੂੰ ਹੁਣ ਚਿੰਤਾ ਦੀ ਬਹੁਤੀ ਕੋਈ ਗੱਲ ਨਹੀਂ। ਮੈਂ ਇੱਕ ਆਖਰੀ ਟਿੱਪਣੀ ਤੁਹਾਡੀ ਲੈਣੀ ਹੈ ਮੱਠ ਸਾਹਿਬ, ਆਖਰੀ ਟਿੱਪਣੀ ਲੈਣੀ ਹੈ ਦਾਦੂ ਸਾਹਿਬ, 1 ਮਿੰਟ ਮੈਂ ਤੁਹਾਡਾ ਜ਼ਰੂਰ ਲੈਣਾ ਚਾਹੁੰਦਾ। ਡੇਰੇ ਦਾ ਹੱਥ ਹੈ ਸਾਰੇ ਇਸ ਵਿੱਚ, ਡੇਰੇ ਦਾ ਹੱਥ ਸਿੱਧੇ ਤੌਰ 'ਤੇ ਜਿਹੜਾ ਹੈਗਾ ਉਹ ਪਹਿਲੇ ਦਿਨ ਤੋਂ ਹੀ ਸੰਗਤਾਂ ਨੂੰ ਸੱਕ ਸੀ, ਕਿਉਂਕਿ ਬਰਗਾੜੀ ਦੇ ਵਿੱਚੋਂ ਜਿੱਥੋਂ ਪੇਪਰ ਲਏ ਗਏ, ਜਿਹਨਾਂ ਪੇਪਰਾਂ 'ਤੇ ਲਿਖ ਕੇ ਧਮਕੀਆਂ ਦਿੱਤੀਆਂ ਗਈਆਂ, ਅਤੇ ਹੁਣ ਸਾਰਾ ਕੁਝ ਸਾਹਮਣੇ ਆ ਚੁੱਕਾ ਹੈ। ਜਿਹੜਾ ਮਹਿੰਦਰਪਾਲ ਬਿੱਟੂ ਆ ਉਹ ਖੁਦ ਜੱਜ ਦੇ ਸਾਹਮਣੇ ਮੰਨ ਚੁੱਕੇ ਹੈ ਕਿ ਇਹਦੇ ਪਿੱਛੇ ਡੇਰਾ ਸਰਸਾ, ਮੁਖੀ ਗੁਰਮੀਤ ਰਾਮ ਰਹੀਮ ਪਖੰਡੀ ਉਹਦੇ ਪੈਰੋਕਾਰ ਆ, ਅਤੇ ਛਤਰ ਛਾਇਆ ਬਾਦਲਾਂ ਦੀ ਉਹਨਾਂ 'ਤੇ ਰਹੀ ਆ। ਜਦੋਂ ਵੀ ਕਿਤੇ ਵੀ ਕੋਈ ਗੱਲ ਆਉਂਦੀ ਸੀ ਹਮੇਸ਼ਾ ਸਿੱਖਾਂ ਨੂੰ ਲੁੱਟਦੇ ਸੀ, ਸਿੱਖਾਂ ਨੂੰ ਕੁੱਟਦੇ, ਸਿੱਖਾਂ ਨੂੰ ਜੇਲ੍ਹਾਂ 'ਚ ਬਾਦਲ ਕੇ ਡੱਕਦੇ ਸੀ, ਡੇਰੇ ਨੂੰ ਬਚਾ ਲੈਂਦੇ ਸੀ, ਅਤੇ ਹੁਣ ਵੀ ਇਹ ਸਾਰੇ ਕਾਂਡ ਦੇ ਸਾਹਮਣੇ ਡੇਰਾ ਸਰਸਾ। ਜਾਂਚ 'ਤੇ ਤੁਹਾਨੂੰ ਕੋਈ ਸ਼ੱਕ ਨਹੀਂ? 1 ਮਿੰਟ, ਉਹ ਡੇਰੇ ਵਾਲੀ ਜਾਂਦੀ ਹੈ ਜਾਂਚ? ਤਾਂ ਡੇਰੇ ਦੀ ਜਾਂਚ ਤਾਂ ਸਿੱਧੇ ਤੌਰ 'ਤੇ ਅਸੀਂ ਕਹਿ ਚੁੱਕੇ ਹਾਂ ਕਿ ਜਿਹੜੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆ ਉਹਨੂੰ ਲਾਗੂ ਤਾਂ ਕਰੋ। ਰਿਪੋਰਟ ਤਾਂ ਨਕੋਦਰ ਕਾਂਡ ਦੇ ਸ਼ਹੀਦਾਂ ਦੀ ਅੱਜ ਤੱਕ ਪਈ ਹੈ, 1986 ਵੇਲੇ ਦੀ ਜਸਟਿਸ ਗੁਰਨਾਮ ਸਿੰਘ ਦੀ, ਉਹ ਨਹੀਂ ਲਾਗੂ ਕੀਤੀ। ਉੱਥੇ ਵੀ 4 ਨੌਜਵਾਨ ਸ਼ਹੀਦ ਹੋਏ ਸੀ, ਇੱਥੇ 2 ਸਿੱਖ ਸ਼ਹੀਦ ਹੋਏ ਆ, ਰਿਪੋਰਟ ਜਿਹੜੀ ਆ ਲਾਗੂ ਹੀ ਨਹੀਂ ਕਰਦੇ। ਤਾਂ ਸਿਰਫ ਮੈਂ ਸਮਝਦਾ ਕਿ ਜਿਸ ਤਰੀਕੇ ਨਾਲ 1984 ਦਾ ਜਿਹੜਾ ਕਤਲੇਆਮ ਕਾਂਗਰਸ ਨੇ ਕੀਤਾ, ਬਾਦਲਾਂ ਨੇ ਸਵਾਏ ਉਹਦੇ ਤੋਂ ਰਾਜਨੀਤੀ ਕਰਨ ਤੋਂ ਕੋਈ ਕਾਰਵਾਈ ਕਿਸੇ ਦੋਸ਼ੀ 'ਤੇ ਨਹੀਂ ਕੀਤੀ, ਇਸੇ ਤਰ੍ਹਾਂ ਹੁਣ
ਕੈਪਟਨ ਤੇ ਰਾਹੁਲ ਨੇ ਇਹ ਨੀਤੀ ਅਪਣਾ ਲਈ ਆ ਕਿ ਬੇਅਦਬੀ ਮੁੱਦੇ ਤੇ ਬਾਦਲਾਂ ਨੂੰ ਭੰਡਿਆ ਜ਼ਰੂਰ ਜਾਵੇ, ਸਿਆਸਤ ਕੀਤੀ ਜਾਵੇ, ਪਰ ਇਹਨਾਂ ਤੇ ਕਾਰਵਾਈ ਨਾ ਕੀਤੀ ਜਾਵੇ, ਇਨਸਾਫ ਨਾ ਦਿੱਤਾ ਜਾਵੇ। ਅਸੀਂ ਇਨਸਾਫ ਚਾਹੁੰਦੇ, ਕਾਰਵਾਈ ਚਾਹੁੰਦੇ ਹਾਂ, ਚਾਹੇ ਉਹ ਜਸਟਿਸ ਰਣਜੀਤ ਸਿੰਘ ਵਾਲੇ ਕਮਿਸ਼ਨ ਤੇ ਦੇ ਲਓ, ਜੋਰਾ ਸਿੰਘ ਵਾਲੇ ਤੇ ਦੇ ਲਓ, ਸਾਨੂੰ ਤੇ ਦੋਸ਼ੀ ਸਲਾਖਾਂ ਪਿੱਛੇ ਚਾਹੀਦੇ। ਅਸੀਂ ਪਹਿਲੇ ਦਿਨ ਤੋਂ ਕਿਹਾ ਕਿਸੇ ਬੇਗੁਨਾਹ ਨੂੰ ਸਜ਼ਾ ਨਾ ਦਿੱਤੀ ਜਾਵੇ ਤੇ ਗੁਨਾਹਗਾਰ ਬਖਸ਼ਿਆ ਨਾ ਜਾਵੇ, ਚਾਹੇ ਉਹ ਕੋਈ ਪੁਲਿਸ ਅਫਸਰ ਹੋਵੇ ਤੇ ਚਾਹੇ ਕੋਈ ਮੰਤਰੀ ਸੰਤਰੀ ਹੋਵੇ, ਸਾਨੂੰ ਗੁਨਾਹਗਾਰ ਜੇਲ੍ਹ ਦੀਆਂ ਸਲਾਖਾਂ ਪਿੱਛੇ ਚਾਹੀਦੇ। ਬੰਦੀ ਸਿੰਘ ਦੀ ਰਿਹਾਈ ਦਾ ਮਾਮਲਾ, ਬੰਦੀ ਸਿੰਘ ਜਿਹੜੇ ਰਿਹਾ, ਉਹ ਦੇਖੋ ਕਾਨੂੰਨਾਂ ਆ ਜਿਨ੍ਹਾਂ ਦੀਆਂ ਜੇਲ੍ਹ ਤਬਦੀਲੀਆਂ ਬਣਦੀਆਂ, ਪੈਰੋਲਾਂ ਬਣਦੀਆਂ, ਰਿਹਾਈਆਂ ਬਣਦੀਆਂ। ਭਾਰਤ ਦੇ ਕਤਲ ਕਾਂਡ ਜਿਹੜਾ ਹੋਵੇ, ਭਾਰਤ 'ਚ ਉਮਰ ਕੈਦ 12-14 ਸਾਲ 'ਚ ਪੂਰੀ ਹੋ ਜਾਂਦੀ ਆ, ਉਹਨਾਂ ਨੂੰ 25-25 ਸਾਲ ਹੋ ਗਏ ਆ, ਉਹਨਾਂ ਨੇ ਕੀ ਗੁਨਾਹ ਕੀਤਾ ਕਿ ਜਿਨ੍ਹਾਂ ਨੂੰ ਕਾਨੂੰਨ ਦੇ ਦੋਹਰੇ ਮਾਪਦੰਡ ਬਣਾ ਕੇ ਉਹਨਾਂ ਨੂੰ ਜੇਲ੍ਹਾਂ 'ਚ ਡੱਕਿਆ? ਤੁਹਾਡੇ ਕੋਲ ਆ ਕੇ ਕਹਿ ਦਿੰਦੇ ਆ ਕਿ ਅਸੀਂ ਚਿੱਠੀਆਂ ਲਿਖ ਸਕਦੇ ਹਾਂ, ਚਿੱਠੀਆਂ ਲਿਖਤੀਆਂ ਅਸੀਂ ਜਿਹੜੇ ਬੰਦੀ ਸਿੰਘਾਂ ਦਾ ਮਾਮਲਾ ਨਹੀਂ, ਜਿਹੜੇ ਪੰਜਾਬ ਸਰਕਾਰ ਦੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਅੰਡਰ ਆਉਂਦੇ ਆ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਉਹਨਾਂ ਤੇ ਕਾਰਵਾਈ ਕਰੇ, ਜਿਹੜੇ ਕੇਂਦਰ ਦੇ ਅੰਡਰ ਆ ਉੱਥੇ ਕੈਪਟਨ ਅਮਰਿੰਦਰ ਸਿੰਘ ਖੁਦ ਜਾਵੇ, ਸਿੱਖ ਜਥੇਬੰਦੀਆਂ ਦਾ ਵਫਦ ਸਾਡੇ ਵਕੀਲਾਂ ਦਾ ਕਾਨੂੰਨੀ ਸਲਾਹਕਾਰਾਂ ਦਾ ਨਾਲ ਲੈ ਕੇ ਚਲੇ ਜਾਣ ਉੱਥੇ ਜਾ ਕੇ। ਗ੍ਰਹਿ ਮੰਤਰੀ ਨੂੰ ਅਸੀਂ ਦਿੱਤੇ ਪਹਿਲਾਂ ਵੀ, ਉਹਨਾਂ ਨੇ ਕਿਹਾ, ਹਰਪਾਲ ਸਿੰਘ ਚੀਮਾ ਸਾਡੇ ਐਡਵੋਕੇਟ ਆ, ਜਸਪਾਲ ਸਿੰਘ ਮੰਝਪੁਰ, ਸਿਮਰਨ ਸਿੰਘ, ਉਹ ਬਕਾਇਦਾ ਉਹਨਾਂ ਨੂੰ ਜਾ ਕੇ ਸਾਰੀ ਰਿਪੋਰਟ ਦੇ ਕੇ ਆਏ ਆ। ਗ੍ਰਹਿ ਮੰਤਰੀ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਲੈ ਕੇ ਜਾਵੇ ਵੀ ਆਹ ਜਿਹੜੇ ਬੰਦੀ ਸਿੰਘ ਇਹਨਾਂ ਦੀ ਰਿਹਾਈ ਬਣਦੀ ਆ ਤੇ ਕੇਂਦਰ ਉਹਨਾਂ ਦੀ ਰਿਹਾਈ ਕਰੇ। ਹਾਂਜੀ, ਫਟਾਫਟ ਗੱਲ ਇਹ ਹੈ ਜੀ, ਇੱਕ ਮਿੰਟ ਮੈਂ ਦੱਸਣਾ ਚਾਹੁੰਦਾ। ਤੁਸੀਂ ਪੁੱਛਿਆ ਵੀ ਕੀ ਵਾਕਿਆ ਇਹਨੇ ਸਿਰਸੇ ਵਾਲੇ ਨੇ ਕੀਤਾ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ 1 ਜੂਨ 2015 ਨੂੰ, ਜਦੋਂ ਇਨਸਾਫ ਨਾ ਮਿਲਿਆ ਅਤੇ ਇੱਕ ਕਮੇਟੀ ਬਣ ਗਈ, ਚਾਰ ਮੈਂਬਰੀ ਅਸੀਂ ਆਪ ਕਮੇਟੀ ਬਣਾਈ, ਉਹਦੇ ਵਿੱਚ ਮੈਂ ਮੈਂਬਰ, ਸਿੰਘ ਸਾਹਿਬ ਭਾਈ ਬਲਜੀਤ ਸਿੰਘ ਦਾਦੂਵਾਲ ਮੈਂਬਰ, ਅਮਰੀਕ ਸਿੰਘ ਜਜਰਾਲਾ ਮੈਂਬਰ, ਭਾਈ ਗੁਰਦੀਪ ਸਿੰਘ ਬਠਿੰਡਾ ਮੈਂਬਰ, ਇੱਕ ਲੋਅਰ ਕਮੇਟੀ ਮੈਂਬਰ ਰਣਜੀਤ ਸਿੰਘ ਬਾਂਦਰ ਮੈਂਬਰ, ਸਾਹੋਗੇ ਮੈਂਬਰ ਸਰਜੀਤ ਸਿੰਘ ਮੈਂਬਰ। ਅਸੀਂ ਪਿੰਡ ਜਾ ਕੇ ਜਦੋਂ ਜਾਂਚ ਕੀਤੀ ਅਤੇ ਅਸੀਂ ਆਖਿਆ ਵੀ ਆਹ 6 ਬੰਦੇ ਫੜ ਲਓ, ਇਹਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਦੋਸ਼ੀ ਹੈ, ਅਤੇ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੇ 6 ਨੂੰ ਫੜਨ ਦੀ ਬਜਾਏ ਸਾਨੂੰ ਫੜ ਕੇ ਅੰਦਰ ਦਿੱਤਾ। ਇਸ ਕਰਕੇ ਉਹ 6 ਦੇ ਵਿੱਚ ਸਿਰਸੇ ਵਾਲੇ ਬੰਦੇ ਸੀ, ਉਹੀ ਬੰਦੇ ਤਾਂ ਹੁਣ ਨਿਕਲੇ ਆ। ਇਸ ਕਰਕੇ ਪ੍ਰਕਾਸ਼ ਸਿੰਘ ਬਾਦਲ, ਮੈਂ ਇਹੀ ਸਵਾਲ ਪਹਿਲਾਂ ਕੀਤਾ ਸੀ ਜਸਕੰਦ ਸਿੰਘ ਜੀ, ਮੈਂ ਇਹੀ ਸਵਾਲ ਪਹਿਲਾਂ ਕੀਤਾ ਸੀ, ਹਾਂ ਜੇ ਹੁਣ ਵੀ ਤੁਹਾਡੇ 'ਤੇ ਇਹੋ ਜਿਹੀ ਕਾਰਵਾਈ ਕਰਤੀ ਫਿਰ ਤੁਸੀਂ ਕੀ ਕਰੋਗੇ? ਤੇ ਫਿਰ ਉਹ ਕਾਰਵਾਈ ਜੇ ਕਰਨਗੇ ਉਹ ਵੇਖੀ ਜਾਊਗੀ। ਅਸੀਂ ਸ਼ਾਂਤਮਈ ਜਿਹੜਾ ਧਰਨਾ, ਇਸ ਕਰਕੇ ਸਿਰਸੇ ਵਾਲੇ ਸਾਹਿਬ ਦੇ ਚੇਲਿਆਂ ਨੇ ਕੀਤਾ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ੈਲਟਰ ਦਿੱਤੀ ਆ। ਇਸ ਕਰਕੇ ਇਹ ਜਿਹੜੀ ਬੇਅਦਬੀ ਕੀਤੀ ਆ ਪ੍ਰਕਾਸ਼ ਸਿੰਘ ਬਾਦਲ ਅਤੇ ਉਹਦੀ ਜੁੰਡਰੀ ਨੇ ਕਰਾਈ ਆ ਅਤੇ ਕੀਤੀ ਸਿਰਸੇ ਵਾਲੇ ਸਾਹਿਬ ਦੇ ਚੇਲਿਆਂ ਨੇ। ਮਨ ਸਾਹਿਬ, ਆਖਰੀ ਸਵਾਲ ਤੁਹਾਡਾ, ਇਹ ਚਰਚਾ ਹੁਣ ਸਮਾਪਤ ਕਰ। ਸਵਾਲ ਇਹ ਹੈਗਾ ਕਿ ਇਸ ਮੋਰਚੇ ਦਾ, ਬਰਗਾੜੀ ਮੋਰਚੇ ਦਾ ਰਾਹ ਹੈ ਜਿਹੜਾ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਕਰਨ ਤੋਂ ਬਾਅਦ, ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ 'ਤੇ ਜਿੰਨੀਆਂ ਮੰਗਾਂ ਤੁਹਾਡੀਆਂ ਮੰਨੇ ਉਸ ਤੋਂ ਬਾਅਦ, ਜਾਂ ਹੋਰ ਤੁਹਾਡੀ ਜਿਹੜੀ ਮੁੱਖ ਮੰਗ ਹੈਗੀ ਹੈ ਉਸ ਤੋਂ ਬਾਅਦ, ਇਹਦਾ ਰਾਹ ਸਿਰਫ਼ ਅਤੇ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਜਾ ਰਿਹਾ ਜਾਂ? ਤੇਲ ਵੇਖੋ, ਤੇਲ ਦੀ ਧਾਰ ਵੇਖੋ, ਸਮੇਂ ਤੋਂ ਪਹਿਲਾਂ, ਪਾਣੀ ਤੋਂ ਪਹਿਲਾਂ ਮੌਜੇ ਲਾ ਕੇ ਹੱਥ ਵਿੱਚ ਫੜਨੇ ਠੀਕ ਨਹੀਂ ਹੁੰਦੇ। ਯਾਨੀ ਕਿ ਬਦਲ ਖੁੱਲ੍ਹਾ, ਸਾਨੂੰ ਇਨਸਾਫ਼ ਲੈਣ ਦਿਓ। ਸਿੱਖ ਬੜੇ ਸਿਆਣੇ ਨੇ, ਬਹੁਤ ਅਕਲ ਆ ਸਿੱਖਾਂ ਨੂੰ, ਸਿੱਖਾਂ ਨੇ ਧੁੰਮਾਂ ਪਾਈਆਂ ਪੂਰੇ ਵਰਲਡ ਦੇ ਵਿੱਚ, ਸਾਰੇ ਸਿੱਖਾਂ ਨੂੰ ਦਿਮਾਗੀ ਤੌਰ 'ਤੇ ਬਹੁਤ ਸਿਆਣੇ ਸਮਝਿਆ ਗਿਆ, ਸਾਰੇ ਸਾਨੂੰ ਅਕਲ ਆ। ਸਮਾਂ ਹੁਣ ਦਿਓ, ਸਮਾਂ ਦੱਸੂਗਾ, ਸਮੇਂ ਤੋਂ ਪਹਿਲਾਂ ਗੱਲ ਕਰਨ ਦਾ ਕੋਈ ਫਾਇਦਾ ਨਹੀਂ। ਅਸੀਂ ਮੋਰਚਾ ਲਾਇਆ ਅਤੇ ਮੋਰਚਾ ਜਿੱਤਣ ਵਾਸਤੇ ਲਾਇਆ, ਉਹ ਅਸੀਂ ਜਿੱਤ ਰਹੇ ਹਾਂ ਅਤੇ ਸਰਕਾਰ ਨੂੰ ਇਨਸਾਫ਼ ਦੇਣਾ ਪਊਗਾ। ਵਾਹਿਗੁਰੂ ਜੀ ਕਾ ਅਤੇ ਜਿਹੜੀ ਥੱਲੇ ਸੰਗਤ ਬੈਠੀ ਸਾਰਿਆਂ ਦਾ ਬਹੁਤ ਧੰਨਵਾਦ ਹੈ। ਸੁਖਰਾਜ ਸਿੰਘ ਤੁਹਾਡਾ, ਗੁਰਵਿੰਦਰ ਸਿੰਘ ਤੁਹਾਡਾ, ਰਵਿੰਦਰ ਸਿੰਘ ਤੁਹਾਡਾ, ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ। ਇਸ ਚਰਚਾ ਦੇ ਵਿੱਚ ਇੱਕ ਚੀਜ਼ ਨਿਕਲ ਕੇ ਬਾਹਰ ਆਈ ਕਿ ਇਸ ਮੋਰਚੇ ਦੇ ਵਿੱਚ ਰਾਹ ਜਿਹੜੇ ਤਿਆਰ ਹੋਏ ਆ ਉਹਨਾਂ ਰਾਹਾਂ 'ਤੇ ਸਰਕਾਰਾਂ ਨੂੰ ਵੀ ਆਉਣਾ ਪਵੇਗਾ, ਪ੍ਰਸ਼ਾਸਨ ਨੂੰ ਵੀ ਆਉਣਾ ਪਵੇਗਾ, ਸੰਗਤ ਤਾਂ ਆਪ ਮੁਹਾਰੇ ਆ ਰਹੀ ਹੈ। ਜੇ ਉਹਨਾਂ ਰਾਹਾਂ 'ਤੇ ਸਰਕਾਰਾਂ ਨੂੰ ਪ੍ਰਸ਼ਾਸਨ ਆਉਣਾ ਪੈਂਦਾ ਤਾਂ ਇਸ ਮੋਰਚੇ ਤੋਂ ਅਗਲਾ ਰਾਹ ਵੀ ਨਿਕਲ ਸਕਦਾ, ਉਹ ਬਦਲ ਖੁੱਲ੍ਹੇ ਹੈ। ਅਤੇ ਜੇ ਇਹ ਬਦਲ ਖੁੱਲ੍ਹੇ ਹੈ, ਇੱਥੇ ਖੁਦ ਜਹਦਾਰੇ ਗੱਲ ਕਹਿ ਰਿਹਾ, ਜੇ ਇਹ ਬਦਲ ਖੁੱਲ੍ਹੇ ਹੈ ਤਾਂ ਸਮੇਂ ਦੀਆਂ ਸਰਕਾਰਾਂ ਲਈ ਅਤੇ ਉਹਨਾਂ ਸਭ ਦੇ ਲਈ ਜਿਨ੍ਹਾਂ ਨੇ ਕਿਤੇ ਕਬਜ਼ੇ ਕੀਤੇ ਹੋਏ ਆ, ਉਹਨਾਂ ਸਭ ਦੇ ਲਈ ਚੇਤਾਵਨੀ ਹੈ। ਅਤੇ ਜੇ ਇਹ ਚੇਤਾਵਨੀ ਪੰਥ ਦੇ ਰਿਹਾ ਤਾਂ ਇਹ ਚੇਤਾਵਨੀ ਬਹੁਤ ਵੱਡੀ ਹੈ, ਅਤੇ ਆਉਣ ਵਾਲਾ ਸਮਾਂ ਦੱਸੇਗਾ ਕਿ ਭਵਿੱਖ ਦੀ ਗੋਦ ਵਿੱਚ ਕੀ ਹੈ। ਪਰ ਬਰਗਾੜੀ ਤੋਂ ਬਹੁਤ ਵੱਡਾ ਕੁਛ ਨਾ ਕੁਛ ਨਿਕਲਣ ਵਾਲਾ, ਇਸ ਦਾ ਇੰਤਜ਼ਾਰ ਕਰਨਾ ਪਵੇਗਾ। ਜੇ ਕੁਛ ਇੱਥੇ ਸੰਗਤ ਦੇ ਵਿੱਚ ਬੈਠਿਆਂ ਮੇਰੇ ਤੋਂ ਕੋਈ ਤਿੱਖੇ ਸਵਾਲ ਕੀਤੇ ਗਏ ਹੋਣ, ਉਸ ਦੇ ਲਈ ਮੈਂ ਮਾਫ਼ੀ ਮੰਗਦਾ ਪਹਿਲਾਂ ਹੀ। ਪਰ ਸਵਾਲ ਇਹ ਹੈ, ਸਵਾਲ ਉਹ ਕੀਤੇ ਗਏ ਹੈ ਜਿਹੜੇ ਸੰਗਤ ਦੇ ਵਿੱਚ ਉੱਠ ਰਿਹਾ, ਜਿਹੜੀ ਸਿਆਸਤ ਇਹਨਾਂ 'ਤੇ ਸਵਾਲ ਕਰ ਰਹੀ ਹੈ, ਉਹਨਾਂ ਸਵਾਲਾਂ ਦੇ ਸਪਸ਼ਟੀਕਰਨ ਕੌਮ ਮੰਗਦੀ ਹੈ ਅਤੇ ਕੌਮ ਦੇ ਨੁਮਾਇੰਦੇ ਅਸੀਂ